जी आया नू खुश आमदीद रंगमंच की दुनिया के विच तुहाडा स्वागत है। नाटक खेतां दा पुत यह नाटक सार्थक मनोरंजन के लिए है। यह नाटक कुछ वखरा चाहते दर्शकों के लिए है। यह नाटक साहित्य प्रेमियों लिए है। यह नाटक सुते पयां नू जगाउण दे लई है। यह नाटक आलोचकों लिए है पर निंदकों लिए नहीं। सो पेश करते हैं पाश दीयां रचनावां दे उत्ते आधारित नाटक खेतां दा पुत। कुछ लोग जमदे ने उम्र बताउंदे ने ते अलविदा कह जांदे ने। कुछ लोग आउंदे ने उम्र हंडाउंदे ने अते विदा हुंदे ने। विदा होण वाले जिंदगी दे साउ पुत हुंदे ने। पाश उन्हां विच्चों इक सी जिंदगी दा साउ पुत। पाश जिंदगी दी सरगम च वजदा सब तो उच्चा सुर जिथों शुरू हुंदा है जिंदगी दे गीत दी सथाई दा पहला बोल। पाश अवतार सिंह संधु जो हसदा है जो नचदा है जो लिखदा है जो गाउंदा है जो रुसदा है जो मनाउंदा है। पाश खेतां दा पुत जो हनेरियां च दीवे जगाउंदा है। सोने दी सवेर जदों पावहाड़िया नचूगा अंबर भूमि गाऊहाड़िया। सोने दी सवेर जदों पावहाड़िया नचूगा अंबर भूमि गाऊहाड़िया। भुखा किसे मां दा ना जवाक रोगा सारिया दे नाल इंसाफ होगा। जुगा तो लताड़े जिंदगी च आने गए जनता दे दोषी पूरी सजा पाने गए। तकड़ा न माड़े नू सताऊहाणिया सोने दी सवेर जदों आऊहाणिया। दहक दे अंगियारा ते सौंदे रहे निलूक इस तरह भी रात नू रशनाउंदे रहे निलूक। न कतल होए न होणगे इश्क दे गीत मौत दी सरदल ते बह के गाउंदे रहे निलूक। अपने दा सिर्फ गीत ने आए हो जग्गा सूरमा नी किसे बन जाना ओ जग्गा सूरमा नी किसे बन जाना है। कर कर पुत जमदे मापे मापे हज जगे तो बगैर सखना ओ जग जापे। अपने दा सिर्फ गीत ने समा अपना नहीं समा दा नेरे दा है तके शाहां दा है। ना अपन नेरा पसंद है ना तके शाही तेरा अपना की है। अपने सिर्फ गीत ने समा अपना गीत कविता मेरी कविता कदे भी चुप नहीं होनी। मैं जिंदाबाद कमाल है जिंदाबाद का नारा लाया ते चानना हो गया। मैं जिंदाबाद जो कदे भी कलम फड़ के धक्के ना कलम तराशी नहीं करता। गल हुई ना आखिर कविता लिखना कोई कुत्ती दा सुआ दा नहीं। मैं किसे निम्रता या बनावट चो नहीं आपे दी पछाण चो आवाज कढ़दा। कुछ शब्द मैं दुश्मना दे खिलाफ ते कविता दे हक च कढ़ रहा।
ਕਵਿਤਾ ਜ਼ਿੰਦਗੀ ਜੇ ਕਵਿਤਾ ਜੀ ਹੁੰਦੀ ਤਾਂ ਅਸੀਂ ਖਾਮੋਸ਼ ਹੀ ਰਹਿੰਦੇ ਪਾਣੀ ਨਾਲ ਜੇ ਢਿੱਡ ਭਰ ਸਕਦਾ ਤਾਂ ਪੀ ਕੇ ਸੌਂ ਰਹਿੰਦੇ ਚਾਂਦਨੀ ਜੇ ਉੜੀ ਜਾ ਸਕਦੀ ਤਾਂ ਸਿਉਂ ਕੇ ਪਾ ਲੈਂਦੇ ਪਰ ਜ਼ਿੰਦਗੀ ਕਵਿਤਾ ਜੀ ਨਹੀਂ ਹੈ ਹਜ਼ਾਰਾਂ ਲੋਕ ਨੇ ਜਿਨ੍ਹਾਂ ਕੋਲ ਰੋਟੀ ਹੈ ਚਾਂਦਨੀਆਂ ਰਾਤਾਂ ਨੇ ਕੁੜੀਆਂ ਨੇ ਤੇ ਅਕਲ ਹੈ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜੇਬ ਦੇ ਵਿੱਚ ਹਰ ਵਕਤ ਕਲਮ ਹੁੰਦੀ ਹੈ ਹਿਸਾਬ ਕਿਤਾਬ ਕਰਨ ਤੇ ਅਸੀਂ ਹਾਂ ਵੀ ਕਵਿਤਾ ਲਿਖਦੇ ਹਾਂ ਬਈ ਅਸੀਂ ਕਵਿਤਾ ਤਾਂ ਲਿਖਦੇ ਹਾਂ ਕਿਉਂਕਿ ਅਸੀਂ ਜੰਮਣਾ ਨਹੀਂ ਸੀ ਅਸੀਂ ਲੜਨਾ ਨਹੀਂ ਸੀ ਅਸੀਂ ਤਾਂ ਬਹਿ ਕੇ ਭਗਤੀ ਕਰਨੀ ਸੀ ਤੇ ਅਸੀਂ ਹੁਣ ਆਏ ਹਾਂ ਧਰਤੀ ਤੇ ਆਹੋ ਸਾਡਾ ਜ਼ਫਰਨਾਮਾ ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦਿਓ ਅਸੀਂ ਖੋਣੀ ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ ਅਸੀਂ ਡੋਣਾ ਜ਼ੋਰ ਖੂਨ ਲਿਬੜੇ ਹੱਥਾਂ ਦਾ ਉਹਨਾਂ ਨੂੰ ਭਲੇ ਲੱਗਣ ਲਈ ਅਸੀਂ ਹੁਣ ਵੈਣ ਨਹੀਂ ਪਾਉਣੇ ਨਾ ਅਸੀਂ ਹੁਣ ਵੈਣ ਨਹੀਂ ਪਾਉਣੇ ਅਸੀਂ ਤਾਂ ਗਾਉਣੇ ਨੇ ਗੀਤ ਸੁਣਦੀ ਹੈ ਅਸੀਂ ਗੀਤ ਗਾਉਣੇ ਹੈ ਹਏ ਤੇਰੇ ਲਈ ਜ਼ਿੰਦਗੀ ਲਈ ਸੁਣੇਗੀ ਗੀਤ ਨੀ ਤੇਰੀ ਸੱਜਰੀ ਪੈੜਦਾ ਰੇਤਾ ਨੀ ਤੇਰੀ ਸੱਜਰੀ ਪੈੜਦਾ ਰੇਤਾ ਨੀ ਚੁੱਕ ਕੇ ਮਿਲਾਵਾਂ ਇੱਕ ਨੂੰ ਨੀ ਚੁੰਮ ਕੇ ਮਿਲਾਵਾਂ ਇੱਕ ਨੂੰ ਨੀ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ ਬੜਾ ਖੁਸ਼ ਹੋਈ ਹੈ ਹੈ ਤੇਰੇ ਲਈ ਹੈ ਨਾ ਹੋਰ ਸੁਣੇਗੀ ਇੱਕ ਪਤਾ ਨੀ ਪਸੰਦ ਆਊਗਾ ਤੈਨੂੰ ਪਤਾ ਨਹੀਂ ਨਾ ਸੁਣਿਆ ਕਦੇ ਤੈਨੂੰ ਮੈਂ ਉਦਾਸੀ ਦਾ ਗਾਣਾ ਸੁਣਾਉਣਾ ਇੱਕ ਉਹ ਨਹੀਂ ਨਹੀਂ ਬੰਦੇ ਦਾ ਨਾਂ ਉਦਾਸੀ ਹੈ ਸੰਤ ਰਾਮ ਉਦਾਸੀ ਦਾ ਗਾਣਾ ਸੁਣੇਗੀ ਇਹ ਫਿਰ ਸੁਣ ਹੋ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਜਿੱਥੇ ਕੰਮ ਨਾ ਸਮਝਣ ਕਮੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਘੀਆਂ ਨੂੰ ਨੱਕ ਵਗਦੇ ਅੱਖਾਂ ਚੁੰਦੀਆਂ ਤੇ ਦੰਦ ਕਰੇੜੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਹਨਾਂ ਗੀਤਾਂ 'ਚ ਬਹੁਤ ਖੁਸ਼ੀ ਮਿਲਦੀ ਹੈ ਇਹਨਾਂ 'ਚ ਪਰਿਵਾਰਕ ਰਿਸ਼ਤਿਆਂ ਦੀ ਨਿੱਘ ਅਤੇ ਉਦਾਸੀ ਦਾ ਜ਼ਿਕਰ ਹੁੰਦਾ ਹੈ ਗੀਤਾਂ ਦੇ ਵਿੱਚ ਕੁੜੀਆਂ ਆਪਣੇ ਥੋੜ ਚਿਰੇ ਸੰਬੰਧਾਂ ਅਤੇ ਸੰਬੰਧਾਂ ਉਲੇ ਮਾਣ ਦਾ ਅਹਿਸਾਸ ਕਰਵਾਉਂਦੀਆਂ ਨੇ ਕੁੜੀਆਂ ਮੇਰੀ ਮੋਰਨੀ ਆਪਣੇ ਨਾਨਕੇ ਗਈ ਹੋਈ ਹੈ ਚਾਹੁੰਦਾ ਤਾਂ ਮੈਂ ਸੀ ਵੀ ਇੱਥੇ ਹੋਵੇ ਪਰ ਇਹ ਹਸਰਤ ਵੀ ਪੂਰੀ ਹੁੰਦੀ ਨਹੀਂ ਦਿੰਦੀ ਹੋਰ ਕੋਈ ਕੁੜੀ ਚੰਗੀ ਨਹੀਂ ਲੱਗਦੀ ਤੇ ਸ਼ਾਇਦ ਇੰਨੀ ਚੰਗੀ ਕਦੇ ਨਾ ਲੱਗੇ ਮੈਂ ਇਸ਼ਕ ਦੇ ਮਾਮਲੇ 'ਚ ਪਦਾਰਥਵਾਦੀ ਪਤਾ ਨਹੀਂ ਕਿਉਂ ਨੇ ਲੋਕ ਇਸ਼ਕ ਦੀ ਡੌਂਡੀ ਪਿੱਟਦੇ ਨੇ ਲੋਕ ਨੇ ਕਿ ਇਸ ਡੌਂਡੀ ਪਿੱਟਣ ਦੇ ਵਿੱਚ ਰੂਹਾਨੀ ਯਾਸ਼ੀ ਕਰਦੇ ਨੇ ਲੋਕ ਨੇ ਕਿ ਬਦਨਾਮ ਕਰਨ ਦੇ ਵਿੱਚ ਮਜ਼ਾ ਲੈਂਦੇ ਨੇ ਲੋਕ ਕਿਸੇ ਵੀ ਗੱਲ 'ਤੇ ਅੜਕੇ ਨਹੀਂ ਖੜੇ ਦਰਅਸਲ ਅਸੀਂ ਸਾਰੀ ਨਿਗਾਰ ਦੀ ਅਵਸਥਾ ਜੀ ਰਹੇ ਹਾਂ ਮੈਂ ਨਾ ਚੰਗਾ ਨਾ ਮਾੜਾ ਨਾ ਝੂਠਾ ਨਾ ਡਰਪੋਕ ਨਾ ਬਹੁਤ ਸੱਚਾ ਨਾ ਬਹਾਦਰ ਮੈਂ ਉਹੀ ਹਾਂ ਜੋ ਸਾਨੂੰ ਸਾਰਿਆਂ ਨੂੰ ਇਸ ਨਿਜ਼ਾਮ ਇਸ ਪ੍ਰਬੰਧ ਨੇ ਬਣਾ ਦਿੱਤਾ ਹੈ ਫਰਕ ਸਿਰਫ ਇੰਨਾ ਹੈ ਵੀ ਮੈਂ ਸਾਰੇ ਕਾਸੇ ਨੂੰ ਲਿਖ ਸਕਦਾ ਅਤੇ ਲੋਕ ਇਸ ਸਾਰੇ ਕਾਸੇ ਨੂੰ ਸਿਰਫ ਜੀ ਰਹੇ ਨੇ ਲਿਖਣਾ ਉਹਨਾਂ ਦਾ ਮਨੋਰਥ ਨਹੀਂ ਮੇਰੇ ਦੁੱਖ ਕੁਝ ਹੋਰ ਨੇ ਰਹਿੰਦਾ ਮੈਂ ਵੀ ਤੁਹਾਡੇ ਵਾਂਗੂ ਧਰਤੀ 'ਤੇ ਹਾਂ ਪਰ ਮੈਂ ਸੱਚ ਦਾ ਯਾਰ ਹਾਂ ਮੇਰੇ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਨੇ ਮੇਰੇ ਲਈ ਜ਼ਿੰਦਗੀ ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੁਕ ਲੁਕ ਪੀਣ ਦੀ ਕੋਈ ਸ਼ੈ ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜੀ ਲੱਸਤ ਹੈ ਮੈਂ ਜੱਟਾਂ ਦੇ ਸਾਧ ਹੋਣ ਤੋਰਾਂ ਦਾ ਸਫ਼ਰ ਹਾਂ ਮੈਂ ਬੁੱਢੇ ਮੋਚੀ ਦੀ ਗੁੰਮ ਹੋਈ ਅੱਖਾਂ ਦੀ ਲੋਹ ਹਾਂ ਸੋ ਗੱਲ ਸਿੱਧੀ ਹੈ ਵੀ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਮੈਂ ਤਾਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿੱਛ ਅੱਗੇ ਕੰਨਾਂ ਦੀ ਗੱਲ ਕਰਾਂਗਾ ਮੈਂ ਹਰ ਕਾਸੇ ਨੂੰ ਸਿੱਧਾ ਹੋ ਕੇ ਖੁਰਲੀ ਉੱਤੇ ਟੱਕਰਿਆ
ਜੋਤਾਂ ਲੱਗੇ ਪਾਦਾਂ ਦੀ ਬਾਗ ਮੈਂ ਤੁਹਾਡੇ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ ਮੈਂ ਭਾਂਡੇ ਮਾਂਜਦੀ ਝੀਰੀ ਦੀ ਅੰਗਲਾਂ ਚੋਂ ਸਿੰਮ ਦਾ ਰਾਗ ਆ ਕੇ ਮੈਂ ਕਦੇ ਕਾਰ ਦੇ ਗਦੈਨਿਆਂ ਦੀ ਹਸਕ ਨਹੀਂ ਕੀਤੀ ਮੈਨੂੰ ਨਹੀਂ ਚਾਹੀਦੇ ਅਮੀਨ ਸਿਆਣੀ ਦੇ ਡਾਇਲੌਗ ਸਾਂਭੋ ਨੰਦ ਬਖਸ਼ੀ ਤੁਸੀਂ ਜਾਣੋ ਲਕਸ਼ਮੀ ਕਾਂਤ ਪਿਆਰੇ ਲਾਲ ਮੇਰੇ ਮੂੰਹ ਸੁਣ ਦਿਓ ਜਮਲੇ ਜੱਟ ਦੀ ਤੁੰਬੀ ਮੇਰੇ ਮੱਥੇ ਦੇ ਚਰੀਟ ਦਿਓ ਟੈਗੋਰ ਦੀ ਨੈਸ਼ਨਲ ਐਂਥਮ ਮੇਰੀ ਹਿੱਕ ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ ਮੈਂ ਨਹੀਂ ਚਾਹੁੰਦਾ ਹੁਨਰ ਦਾ ਗੀਤ ਫੌਜੀ ਬੂਟਾਂ ਦੀਆਂ ਟਾਪਾਂ ਤੇ ਗਾਉਣਾ ਮੈਂ ਕਾਹਨੂੰ ਪੜ੍ਹਨਾ ਜ਼ਫਰਨਾਮਾ ਜੇ ਮੈਨੂੰ ਮਿਲ ਜਾਣ ਕੁਝ ਬੋਲ ਜਿਨ੍ਹਾਂ ਦਾ ਗੀਤ ਪਹੁੰਚ ਸਕੇ ਖੋਲੋ ਮੇਰੇ ਤੋਂ ਇਹ ਪੀੜ ਦੀ ਟੈ ਟੈ ਤੇ ਦੇ ਦਿਓ ਕੁਝ ਬੋਲ ਜਿਨ੍ਹਾਂ ਦਾ ਗੀਤ ਬਣ ਸਕੇ ਇਹ ਗੀਤ ਮੈਂ ਉਹਨਾਂ ਹੁੰਗਿਆਂ ਨੂੰ ਦੇਣਾ ਜਿਨ੍ਹਾਂ ਨੂੰ ਇਹਨਾਂ ਗੀਤਾਂ ਦੀ ਕਦਰ ਹੈ ਜੇ ਤੁਹਾਡੇ ਕੋਲੇ ਨਹੀਂ ਹੈ ਕੋਈ ਗੀਤ ਕੋਈ ਬੋਲ ਤਾਂ ਫਿਰ ਮੈਨੂੰ ਬਕਣ ਦਿਓ ਮੈਂ ਜੋ ਬਕਣਾ ਬਕਣ ਦਿਓ ਮੈਨੂੰ ਮੈਂ ਜੋ ਬਕਦਾ ਮੇਰਾ ਚਿਹਰਾ ਹੈ ਅੱਜ ਤਲਖੀ ਨਹੀਂ ਏਦਾਂ ਖੁਰਦਰਾ ਕੀਤਾ ਮੇਰਾ ਚਿਹਰਾ ਹੈ ਅੱਜ ਤਲਖੀ ਨੇ ਏਦਾਂ ਖੁਰਦਰਾ ਕੀਤਾ ਕਿਸ ਚਿਹਰੇ ਤੇ ਪੈ ਕੇ ਚਾਂਦਨੀ ਨੂੰ ਖੁਰਕ ਜਿਹੀ ਛਿੜਦੀ ਮੇਰੀ ਜ਼ਿੰਦਗੀ ਦੀਆਂ ਜ਼ਹਿਰਾਂ ਨੇ ਅੱਜ ਇਤਿਹਾਸ ਲਈ ਅੰਮ੍ਰਿਤ ਇਹਨਾਂ ਨੂੰ ਪੀ ਪੀ ਮੇਰੀ ਕੌਮ ਨੂੰ ਐ ਸੁਰਤ ਜਿਹੀ ਛਿੜਦੀ ਇਹਨਾਂ ਨੂੰ ਪੀ ਪੀ ਮੇਰੀ ਕੌਮ ਨੂੰ ਐ ਸੁਰਤ ਜਿਹੀ ਛਿੜਦੀ ਮੇਰਾ ਚਿਹਰਾ ਹੈ ਅੱਜ ਤਲਖੀ ਨੇ ਏਦਾਂ ਖੁਰਦਰਾ ਕੀਤਾ ਕਿਸ ਚਿਹਰੇ ਤੇ ਪੈ ਕੇ ਚਾਂਦਨੀ ਖੁਰਕ ਜਿਹੀ ਛਿੜਦੀ ਮੇਰੀ ਜ਼ਿੰਦਗੀ ਦੀਆਂ ਜ਼ਹਿਰਾਂ ਨੇ ਅੱਜ ਇਤਿਹਾਸ ਲਈ ਅੰਮ੍ਰਿਤ ਇਹਨਾਂ ਨੂੰ ਪੀ ਪੀ ਮੇਰੀ ਕੌਮ ਨੂੰ ਸੁਰਤ ਚੰਗਾ ਕੌਣ ਲੱਗਦਾ ਸ਼ਾਇਦ ਕੋਈ ਨਹੀਂ ਚੰਗਾ ਹਰ ਕੋਈ ਹੁੰਦਾ ਮੇਰੀ ਆਪਣੀ ਹੋਣ ਦੇ ਕੋਈ ਚੰਗਾ ਜਾਂ ਮਾੜਾ ਹੋਣ ਦੀ ਮਹੱਤਤਾ ਨਹੀਂ ਮੈਂ ਤਾਂ ਧੁਰ ਤੋਂ ਹੀ ਸਿਰਜਣਹਾਰ ਹਾਂ ਮੈਂ ਜਦ ਵੀ ਜੰਮਦਾ ਨਾ ਜਿਉਣ ਦੀ ਸਹੁੰ ਖਾ ਕੇ ਜੰਮਦਾ ਮੇਰੇ ਸ਼ਬਦ ਲਹੂ ਦੇ ਮੇਰਾ ਲਹੂ ਲੋਹੇ ਦਾ ਮੈਂ ਲੋਹੇ ਦੇ ਸਰੀਏ ਨੂੰ ਅੰਤ ਸਾਥ ਕਰਦਾ ਤੁਸੀਂ ਲੋਹੇ ਦੀ ਕਾਰ ਝੂਟਦੇ ਹੋ ਮੇਰੇ ਕੋਲੇ ਲੋਹੇ ਦੀ ਬੰਦੂਕ ਹੈ ਤੁਸੀਂ ਲੋਹੇ ਦੀਆਂ ਗੱਲਾਂ ਕਰਦੇ ਹੋ ਮੈਂ ਲੋਹਾ ਖਾਧਾ ਮੈਂ ਲੋਹੇ ਦੀ ਅੱਖ ਨਾਲ ਮਿੱਤਰਾਂ ਦੇ ਮਖੋਟੇ ਪਾਈ ਦੁਸ਼ਮਣ ਵੀ ਪਛਾਣ ਸਕਦਾ ਉਹ ਇਸ ਲਈ ਵੀ ਮੇਰਾ ਉਹ ਫੁੱਲ ਤੋਂ ਤਲਵਾਰ ਤੱਕ ਦਾ ਸਫ਼ਰ ਇੱਕ ਇਤਿਹਾਸ ਹੈ ਮੈਂ ਹਰ ਉਸ ਚੀਜ਼ ਦੇ ਵਿਰੋਧ ਦੇ ਵਿੱਚ ਹਾਂ ਜੋ ਮਨੁੱਖ ਦੇ ਖੁੱਲ੍ਹ ਕੇ ਜੀਣ 'ਚ ਆਪਣੀ ਟੰਗ ਅੜਾਉਂਦੀ ਹੈ ਮੈਂ ਹਰ ਉਸ ਕੁੱਤੀ ਸ਼ਹਿ ਨੂੰ ਖਤਮ ਹੋਈ ਵੇਖਣਾ ਚਾਹੁੰਦਾ ਜੋ ਮਨੁੱਖੀ ਪਿੰਡੇ 'ਤੇ ਕੀੜੇ ਵਾਂਗ ਰੀਂਗਦੀ ਹੈ ਮੈਂ ਹੁਣ ਤੱਕ ਦੀ ਉਮਰ ਬਿਤਾਈ ਨਹੀਂ ਹੰਢਾਈ ਹੈ ਮੈਂ ਇਸ ਤਰ੍ਹਾਂ ਦਾ ਨਹੀਂ ਸੀ ਹੋਣਾ ਜੇ ਮੈਂ ਜ਼ਿੰਦਗੀ ਦੇ ਸੱਚ ਨੂੰ ਮਾਣਿਆ ਨਾ ਹੁੰਦਾ ਮੈਂ ਬੜਾ ਕੁਝ ਮਾਣਿਆ ਕਾਸ਼ ਮੈਂ ਮਾਣੀ ਨਾ ਹੁੰਦੀ ਸਿਰੇ ਦੀ ਖੌਫਨਾਕ ਨਿਰਲੇਪਤਾ ਜੋ ਫਾਈਲਾਂ ਚੁਣਦੇ ਨਾਇਬ ਕੋਰਟ ਦੇ ਮੂੰਹ ਤੇ ਟੱਪਦੀ ਸੀ ਕਾਸ਼ ਮੈਨੂੰ ਉਸ ਤਰ੍ਹਾਂ ਦੀ ਨੀਂਦ ਦਾ ਅੰਦਾਜ਼ਾ ਨਾ ਹੁੰਦਾ ਜਿਹਦੇ ਵਿੱਚ ਲੰਚ ਤੋਂ ਪਹਿਲਾਂ ਤੇ ਮਗਰੋਂ ਜੱਜ ਤੈਰਦੇ ਨੇ ਕਾਸ਼ ਇਸ ਤਰ੍ਹਾਂ ਦੇ ਕਫਰ ਦੇ ਨਾਲ ਮੇਰਾ ਵਾਸਤਾ ਨਾ ਪਿਆ ਹੁੰਦਾ
ਤਾਂ ਮੈਂ ਵੀ ਤੁਹਾਡੇ ਵਰਗਾ ਹੋਣਾ ਸੀ। ਹਾਂ ਮੈਂ ਵੀ ਤੁਹਾਡੇ ਵਰਗਾ ਹੋਣਾ ਸੀ। ਮੁੰਡਿਓ ਮੁੰਡਿਓ ਮੈਂ ਵੀ ਕਦੇ ਤੁਹਾਡੇ ਵਰਗਾ ਸਾਂ। ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਹੋਇਆ ਵੀ ਚੋਰ ਨਹੀਂ ਸਾਂ। ਗੱਲ ਗੱਲ ਤੇ ਪੱਜ ਲਾਉਂਦਾ ਪਰ ਮੈਂ ਝੂਠਾ ਨਹੀਂ ਸਾਂ ਕਰਾਉਂਦਾ। ਮੈਂ ਤਿਤਲੀ ਨੂੰ ਸੂਈ ਚ ਪਰੋ ਕੇ ਨੱਚਦਾ ਸਾਂ, ਸੋਹਣ ਚਿੜੀਆਂ ਨੂੰ ਪਟਾ ਧਾਗੇ ਦਾ ਪਾ ਕੇ ਹਿੱਕਦਾ ਸਾਂ, ਪਰ ਕਦੇ ਹਿੰਸਾਵਾਦੀ ਨਹੀਂ ਖਵਾਇਆ। ਕੱਲ ਕੀ ਇੰਨ ਬਿੰਨ ਤੁਹਾਡੇ ਵਰਗਾ ਸੀ। ਫਿਰ ਇੰਜ ਹੋਇਆ ਹੌਲੀ ਹੌਲੀ ਮੈਂ ਤੁਹਾਡੇ ਵਰਗਾ ਨਾ ਰਿਹਾ। ਮੈਂ ਘਬਰਾ ਕੇ ਤੁਹਾਡੀ ਕਰੰਗਣੀ ਦੇ ਵਿੱਚੋਂ ਹੱਥ ਖਿੱਚ ਲਿਆ। ਜਦ ਮੈਨੂੰ ਪਤਾ ਲੱਗਿਆ ਧਰਤੀ ਰੋਟੀ ਵਰਗੀ ਨਹੀਂ ਗੇਂਦ ਵਰਗੀ ਹੈ, ਅੰਬਰਾਂ ਚ ਨੀਲੀ ਦੀ ਦੀਦੀ ਖਿਲਾ ਰੱਬ ਨਹੀਂ। ਜਦ ਮੈਨੂੰ ਪਤਾ ਲੱਗਿਆ ਵਿਦਿਆ ਮਨੁੱਖ ਦੀ ਤੀਸਰੀ ਅੱਖ ਨਹੀਂ ਸਗੋਂ ਦੋਹਾਂ ਅੱਖਾਂ ਦਾ ਟੀਰ ਹੈ। ਜਦ ਮੈਨੂੰ ਪਤਾ ਲੱਗਿਆ ਰੱਬ ਰਾਤ ਬਰਾਤੇ ਸਾਡੇ ਖਰਬੂਜਿਆਂ ਦੇ ਵਿੱਚ ਖੰਡ ਪਾ ਕੇ ਨਹੀਂ ਜਾਂਦਾ ਤੇ ਇੰਜ ਦੀਆਂ ਬੇਸ਼ੁਮਾਰ ਤੇ ਬੇਮਜ਼ਾ ਗੱਲਾਂ ਦਾ ਪਤਾ ਲੱਗਾ ਤਾਂ ਮੇਰੇ ਅੰਦਰ ਫਿਰ ਕਿਤੇ ਕੁਝ ਡਿੱਗ ਪਿਆ ਸੀ। ਫਿਰ ਮੁੰਡਿਓ ਤੁਸੀਂ ਕੌਣ ਤੇ ਮੈਂ ਕੌਣ ਸਾਂ? ਮੈਂ ਮੁੰਡੇ ਹੁਣ ਤੁਹਾਡੇ ਚੋਂ ਨਹੀਂ ਆ। ਮੈਂ ਇਹਦੇ ਪੰਜਿਆਂ ਚੁੱਟ ਰਿਹਾ ਆਜ਼ਾਦ ਚੂਹਾ। ਮੈਂ ਜਿੰਨਾ ਲੋਕਾਂ ਨਾਲ ਤੁਰਿਆ ਉਹਨਾਂ ਦੇ ਕਦਮਾਂ 'ਚ ਤੂਫਾਨ ਰੰਗੜਾਈਆਂ ਭਰਦੇ ਨੇ। ਮੇਰੇ ਅੰਦਰ ਸੁਕਰਾਤ ਵੀ ਹੈ, ਜੇ ਸੂਰਜ ਦੇ ਮੈਨੂੰ ਧੁੱਪ ਵਿਵਰਜਦਾ ਹੈ ਮੈਂ ਉਹਦੀ ਛਾਂ ਤੋਂ ਵੀ ਇਨਕਾਰ ਕਰ ਦਿਆਂਗਾ। ਮੈਂ ਹਰ ਖਾਲੀ ਸਰਾਹੀ ਭੰਨ ਦਿਆਂਗਾ। ਤੋੜ ਦਿੱਤੇ ਜਾਣਗੇ ਹੁਣ ਹੌਸਲੇ ਤੂਫਾਨ ਦੇ, ਦੀਵਿਆਂ ਨੂੰ ਸਿਰਕ ਦਾ ਪੈਗਾਮ ਦੇਣਾ ਪਏਗਾ। ਦੀਵਿਆਂ ਨੂੰ ਸਿਰਕ ਦਾ ਪੈਗਾਮ ਦੇਣਾ ਪਏਗਾ। ਜ਼ਿੰਦਗੀ ਚ ਹੈ ਹੀ ਕੀ ਹੋਰ? ਮੁੱਦਤ ਹੋਈ, ਸਮਾਂ ਬੀਤ ਗਿਆ, ਮੁੱਦਤ ਹੋਈ ਜਦੋਂ ਮੈਂ ਤੇ ਹੰਝੂਆਂ ਇੱਕ ਦੂਜੇ ਨੂੰ ਅਲਵਿਦਾ ਆਖੀ। ਮੁੱਦਤ ਹੋਈ ਸਿਵਿਆਂ ਨੂੰ ਭੁੱਲਿਆ ਆਪਣੀ ਨਾ ਕਦਰੀ ਤੇ ਹੈਰਾਨ ਹੋਣਾ। ਮੁੱਦਤ ਹੋਈ ਮੈਨੂੰ ਵੱਲ ਸਿੱਖਿਆ ਪੁੱਠੇ ਪੈਰੀ ਤੁਰਨ ਦਾ। ਮੁੱਦਤ ਹੋਈ ਮੇਰੀ ਝਾਕਣੀ ਦੇ ਵਿੱਚ ਠਹਿਰ ਚੁੱਕਿਆ ਕਬਰੀ ਪਲ ਦੇ ਦੀਵਿਆਂ ਦਾ ਟਿਮ ਟਿਮਾਉਂਦਾ ਅਕਸ। ਮੇਰੀ ਮਾਂ ਦਾ ਵਚਨ ਹੈ, ਕਹਿੰਦੀ ਹਰ ਬੋਲ ਤੇ ਮਰਦਾ ਰਹੀ ਤੇਰੇ ਜ਼ਖਮੀ ਜਿਸਮ ਨੂੰ ਬੱਕੀ ਬਚਾਉਂਦੀ ਰਹੋ। ਮੇਰੇ ਸਿਰ ਤੇ ਜਦ ਵੀ ਤਲਵਾਰ ਲਿਸ਼ਕੀ ਮੈਂ ਕੇਵਲ ਮੁਸਕਰਾਇਆ। ਜਿਸ ਦਿਨ ਮੇਰੀ ਬੱਕੀ ਨੂੰ ਮੇਰੀ ਲਾਸ਼ ਦੇ ਟੁਕੜੇ ਉਠਾ ਸਕਣ ਦੀ ਸੋਝੀ ਆ ਗਈ ਨਾ, ਉਦੇ ਮੈਂ ਮਿਰਜ਼ਾ ਨਹੀਂ ਰਹਾਂਗਾ। ਮੈਂ ਜਦ ਵੀ ਤਿਲਕ ਕੇ ਡਿੱਗਿਆ ਮੇਰੀ ਮਾਂ ਮੈਨੂੰ ਲਾਣਤਾਂ ਪਾਉਂਦੀ ਰਹੀ। ਮਾਂ ਦੇ ਬੋਲਾਂ ਸਦਕਾ ਮੈਂ ਪਿੰਡ ਛੱਡਿਆ। ਮੈਂ ਉਸ ਦਿਨ ਪਿੰਡ ਛੱਡਦਾ ਸੀ ਜਿਸ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕੰਸੋਹ ਮਿਲੀ ਕਿ ਸਾਡੇ ਪਿੰਡ 'ਚ ਵੋਟ ਫੇਰੀ ਤੇ ਉਦਘਾਟਨ ਰਸਮ ਵਾਸਤੇ ਆਉਂਦੇ ਨੇ, ਉਹਨਾਂ ਦੇ ਸਿਰ ਦਾ ਤਾਜ ਚੋਰੀ ਲਿਆ। ਮੈਂ ਸ਼ਹਿਰਾਂ 'ਚ ਥਾਂ ਥਾਂ ਵੇਖਿਆ, ਪ੍ਰਕਾਸ਼ਨਾਂ 'ਚ, ਕੈਫਿਆਂ 'ਚ, ਦਫ਼ਤਰਾਂ 'ਚ, ਥਾਣਿਆਂ 'ਚ। ਮੈਂ ਦੇਖਿਆ ਇੱਕ ਉਸ ਦੀ ਨਦੀ ਦਿੱਲੀ ਦੇ ਗੋਲ ਪਰਬ 'ਚ ਸਿਮਦੀ ਹੈ ਜਿੱਥੇ ਜਨਤਾ ਦੇ ਪ੍ਰਤੀਨਿਧੀ ਵੱਸਦੇ ਨੇ। ਮੈਂ ਉਸ ਗੋਲ ਪਰਬ 'ਚ ਸਰਾਹ ਕਰਨ ਲਈ ਕੋਚ ਵਿੱਚ ਵੜਿਆ, ਕੋਚ ਸੰਗ ਲੜਿਆ ਤੇ ਕਈ ਲਹੂ ਲਹਾਣ ਭਰਿਆਂ ਕੋਲੋਂ ਲੰਘਿਆ। ਮੇਰੀ ਲੜਾਈ ਸਿੱਧੀ ਦਿੱਲੀ ਦੀ ਹਕੂਮਤ ਨਾਲ ਹੈ, ਦਿੱਲੀ ਦੀ ਹਕੂਮਤ ਨਾਲ। ਮੈਂ ਤੇ ਮੇਰੇ ਸਾਥੀ ਲੋਕਾਂ ਦੇ ਹੱਕਾਂ ਲਈ ਜੂਝ ਰਹੇ ਹਾਂ। ਇਹ ਸਭ ਮਾਂ ਦੀ ਸਿੱਖਿਆ ਦੀ ਬਦੌਲਤ। ਮੈਂ ਮਾਂ ਦੇ ਦੁੱਧ ਦਾ ਕਰਜ਼ ਲਾ ਰਿਹਾ, ਮਾਂ ਦੇ ਦੁੱਧ ਦਾ ਕਰਜ਼। ਯੁੱਧ ਲੜਨ ਦੀ ਤਿਆਰੀ ਕਰ ਰਿਹਾ। ਮਾਤੇ
ਅਸੀਂ ਤੀਸਰਾ ਮਹਾਯੁੱਧ ਲੜਾਂਗੇ। ਮਾਂ ਦੇ ਸਦਾ ਹੀ ਤੁੱਤ ਮੇਲੇ ਰਹਿਣ ਵਾਲੇ ਪੌਣੇ ਦੀ ਮਿੱਟੀ ਦੀ ਮਹਿਕ ਤੀਸਰਾ ਮਹਾਯੁੱਧ ਲੜੇਗੀ। ਤੀਸਰਾ ਮਹਾਯੁੱਧ ਕੋਹੇ ਨਾਲ ਲਿਪੇ ਕੋਠਿਆਂ ਦੀ ਸਾਦਗੀ ਲੜੇਗੀ। ਤੀਸਰਾ ਮਹਾਯੁੱਧ ਧਰਤੀ ਨੂੰ ਕੈਦ ਕਰਨਾ ਚਾਹੁੰਦੇ ਚਾਂਦੀ ਦੇ ਛੱਲੇ ਦੇ ਖਿਲਾਫ। ਧਰਤੀ ਮਾਂ ਦੇਸ਼ ਕੀ ਧਰਤੀ ਰੇਡੀਓ ਤੇ ਫਿਰ ਦੇਸ਼ ਕੀ ਧਰਤੀ ਸੋਨਾ ਉਗਲੇ। ਯਾਰ ਸਾਨੂੰ ਨਹੀਂ ਪਤਾ ਲੱਗਿਆ ਵੀ ਭਾਰਤ ਦੇ ਵਿੱਚ ਕਿਹੜੀ ਥਾਂ ਜਿੱਥੇ ਸੋਨੇ ਮੋਤੀ ਉਗਲੇ ਜਾਂਦੇ ਨੇ। ਉਹ ਸਾਨੂੰ ਵੀ ਦੱਸੋ। ਇਹ ਰੇਡੀਓ ਵੀ ਕਮਾਲਾ ਕਰਦਾ ਹੈ, ਕਦੇ ਖੂਹ ਧਰਤੀ ਸਾਡੀ ਮਾਂ ਲੱਗਦੀ ਹੈ, ਕੱਲ ਨੂੰ ਖੂਹ ਧਰਤੀ ਸਾਡੀ ਭੂਆ ਲੱਗਦੀ ਹੈ। ਵੈਸੇ ਇਹ ਰੇਡੀਓ ਨੂੰ ਪੁੱਛੋ ਵੀ ਧਰਤੀ ਜੇ ਮਾਂ ਹੁੰਦੀ ਹੈ ਤਾਂ ਕਿਸ ਦੀ, ਇਹ ਪਾਕਿਸਤਾਨੀਆਂ ਦੀ ਕੀ ਹੋਈ ਤੇ ਭਾਰਤ ਵਾਲਿਆਂ ਦੀ ਕੀ। ਭਾਰਤ ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ ਭਾਰਤ। ਪਰ ਜਦ ਵੀ ਕੋਈ ਸਮੁੱਚੇ ਭਾਰਤ ਤੇ ਕੌਮੀ ਏਕਤਾ ਦੀ ਗੱਲ ਕਰਦਾ ਹੈ ਤਾਂ ਮੇਰਾ ਚਿੱਤ ਕਰਦਾ ਉਹਦੀ ਟੋਪੀ ਹਵਾ ਚ ਉਛਾਲਦਿਆਂ ਉਹਨੂੰ ਦੱਸਾਂ ਕਿ ਭਾਰਤ ਦੇ ਅਰਥ ਕਿਸੇ ਦੁਸ਼ਯੰਤ ਨਾਲ ਸੰਬੰਧਿਤ ਨਹੀਂ, ਸਗੋਂ ਖੇਤਾਂ ਚ ਦਾਇਰ ਨੇ। ਖੇਤਾਂ ਚ ਜਿੱਥੇ ਅੜ ਉੱਗਦਾ ਹੈ, ਜਿੱਥੇ ਸੰਨਾ ਲੱਗਦੀਆਂ ਨੇ। ਭਾਰਤ ਮੇਰਾ ਦੇਸ਼ ਇਸ ਵਕਤ ਪੀੜਾ ਤੇ ਸੰਗੜੇਵੇਂ ਚ ਗੁਜ਼ਰ ਰਿਹਾ ਹੈ। ਇਹ ਸਿਵਲ ਲਾਈਫ ਦੇ ਵਿੱਚ ਡਿਸਿਪਲਿਨ ਦੀ ਸੰਗਲੀ ਇੰਨੀ ਸੂਖਮ ਤੇ ਪੀੜੀ ਹੈ ਕਿ ਕਿਸੇ ਮਕਾਰ ਰਾਨ ਵਾਂਗੂ ਕਿਸੇ ਨੂੰ ਅਨੁਭਵ ਨਹੀਂ ਹੋਣ ਦਿੰਦੀ ਕਿ ਕਿੰਨਾ ਪਰਵਸ ਤੇ ਕਿੰਨਾ ਤਾਂਤਰਿਕ ਅਧੀਨ ਜੀ ਹੈ। ਭਾਰਤ ਮੇਰਾ ਦੇਸ਼, ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੁਰਬਾਨੀ ਜਿਹੀ ਵਫਾ, ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਜੱਫੀ ਜਿਹੇ ਅਹਿਸਾਸ ਦਾ ਨਾਂ। ਪਰ ਜੇ ਦੇਸ਼ ਰੂਹ ਦੀ ਵਗਾਰ ਦਾ ਕੋਈ ਕਾਰਖਾਨਾ ਹੈ, ਪਰ ਜੇ ਦੇਸ਼ ਉੱਲੂ ਬਣਨ ਦਾ ਕੋਈ ਪ੍ਰਯੋਗ ਘਰ ਹੈ ਤਾਂ ਸਾਨੂੰ ਉਸ ਦੇਸ਼ ਤੋਂ ਖਤਰਾ ਹੈ। ਮੇਰੇ ਯਾਰੋ, ਗਰੀਬ ਦੀ ਧੀ ਬਣ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ ਸਾਡੇ ਨਿੱਤ ਘੱਟਦਿਆਂ ਕੱਦਾਂ ਦਿਆਂ ਮੋਹਰਾਂ 'ਤੇ ਉੱਗਣਾ ਸੀ। ਸਾਡਾ ਦੇਸ਼ ਇਉਂ ਜਾਪਦਾ ਜਿਵੇਂ ਸਾਊ ਧੀ ਹੋਵੇ ਕਿਸੇ ਬੇਸ਼ਰਮ ਪੈਲੀ ਦੀ। ਜੇ ਦੇਸ਼ ਤਨਖਾਹਾਂ ਦੇ ਮੂੰਹ ਤੇ ਥੁੱਕਦਾ ਵੱਧ ਰਹੀਆਂ ਕੀਮਤਾਂ ਦਾ ਬੇਸ਼ਰਮ ਹੱਸ ਹੈ ਤਾਂ ਸਾਨੂੰ ਉਸ ਦੇਸ਼ ਤੋਂ ਖਤਰਾ ਹੈ। ਅਸੀਂ ਦੇਸ਼ ਨੂੰ ਮਾਂ ਦੀ ਗਾਲ ਵਰਗਾ ਕੁਛ ਨਹੀਂ ਦੇ ਰਹੇ, ਪਰ ਅਸੀਂ ਹਾਂ ਕੀ ਇੱਥੇ ਕੀ ਹੈ ਸਾਡਾ ਜੀਵਨ, ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ। ਭਲਾ ਸੋਚੋ ਸਾਡੇ ਜੋ ਕਿੰਨੇ ਦਾ ਨਾਤਾ ਜ਼ਿੰਦਗੀ ਵਰਗੀ ਕਿਸੇ ਸ਼ਹਿ ਨਾਲ। ਕਿਉਂ ਸੁਣਾ ਦਿੱਤਾ ਜਾਂਦਾ ਹਰ ਵਾਰੀ ਪੁਰਾਣਾ ਚੁਟਕਲਾ, ਕਿਉਂ ਗਿੜਗਿੜਾਉਂਦਾ ਮੇਰੇ ਪਿੰਡ ਦਾ ਕਿਸਾਨ ਕਿਸੇ ਮਾਮੂਲੀ ਪੁਲਸੀ ਅੱਗੇ, ਕਿਉਂ ਕਿਸੇ ਦਰੜੇ ਜਾ ਰਹੇ ਬੰਦੇ ਦੇ ਚੀਕਣ ਨੂੰ ਹਰ ਵਾਰੀ ਕਵਿਤਾ ਕਹਿ ਦਿੱਤਾ ਜਾਂਦਾ ਹੈ। ਕਿਉਂ ਹਾਕਮਾਂ ਦਾ ਦਿੱਤਾ ਹੈ, ਹਾਕਮਾਂ ਸਾਰਾ ਕੁਛ ਐਵੇਂ ਮੁੱਚੀ ਦਾ। ਅਸੀਂ ਐਵੇਂ ਮੁੱਚੀ ਦਾ ਕੁਛ ਨਹੀਂ ਚਾਹੁੰਦੇ ਨਾ, ਅਸੀਂ ਐਵੇਂ ਮੁੱਚੀ ਦਾ ਕੁਛ ਨਹੀਂ ਚਾਹੁੰਦੇ। ਅਸੀਂ ਜ਼ਿੰਦਗੀ, ਬਰਾਬਰੀ ਜਾਂ ਕੁਝ ਵੀ ਹੋਰ ਇਸੇ ਤਰ੍ਹਾਂ ਸੱਚੀ ਮੁੱਚੀ ਦਾ ਚਾਹੁੰਦੇ ਹਾਂ ਜਿਵੇਂ ਸੂਰਜ, ਹਵਾ ਤੇ ਬੁੱਤਰ ਘਰਾਂ ਤੇ ਖੇਤਾਂ 'ਚ ਸਾਡੇ ਅੰਗ ਸੰਗ ਰਹਿੰਦੇ। ਓਏ ਡਾਡਿਓ, ਅਸੀਂ ਸਾਰਾ ਕੁਝ ਸੱਚੀ ਮੁੱਚੀ ਦਾ ਦੇਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਆਪਣੀ ਤਲੀ 'ਤੇ ਕੋਈ ਇਸ ਤਰ੍ਹਾਂ ਦਾ ਸੱਚ ਜਿਵੇਂ ਗੁੜ ਦੀ ਪੱਤ 'ਚ ਕਣ ਹੁੰਦਾ, ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਠਾਂ ਤੇ ਮਲਾਈ ਵਰਗੀ ਕੋਈ ਚੀਜ਼ ਹੁੰਦੀ ਹੈ। ਮੈਨੂੰ ਮਾਂ ਦੇ ਦੁੱਧ ਵਰਗਾ ਚਾਹੀਦਾ ਕੁਝ ਅਸਲ ਸੱਚੀ ਮੁੱਚੀ ਦਾ।
ਤੁਹਾਡੇ ਲਈ, ਮੇਰੇ ਲਈ, ਪਿੰਡ ਲਈ, ਬਾਪੂ ਲਈ, ਭੈਣ ਲਈ, ਮਸ਼ੂਕ ਲਈ, ਮਾਂ ਲਈ, ਸੱਚੀ ਮੁੱਚੀ ਦਾ ਚਾਹੀਦਾ ਹੈ ਮਾਂ ਦੇ ਦੁੱਧ ਵਰਗਾ। ਤੇ ਜਦ ਕਦੇ ਸੱਚੀ ਮੁੱਚੀ ਦਾ ਮੰਗਿਆ ਮੈਂ ਤਾਂ ਲਾਲ ਟੋਪੀਆਂ ਵਾਲੇ ਆਲੋਚਕ ਆ ਧਮਕੇ ਪੁਲਿਸ ਵਾਲੇ, ਤੇ ਉਹਨਾਂ ਮੇਰੀ ਕਵਿਤਾ ਦੀ ਦਾਤ ਦਿੱਤੀ, ਕੀੜਿਆਂ ਦੀ ਭੌਣ ਤੇ ਬਿਠਾ ਕੇ ਤੇ ਪੁੱਠਾ ਲਟਕਾ ਕੇ ਤੇ ਮੇਰਾ ਜਿਸਮ ਨੋਚ ਕੇ। ਸੱਚੀ ਮੁੱਚੀ ਦਾ ਮੰਗਿਆ ਮੈਂ ਤਾਂ ਦਿੱਤਾ ਇੱਕ ਕਮਰਾ ਸਥਿਰ ਤੇ ਬੰਦ, ਜੇਲ੍ਹ 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 'ਚ ਵੀ ਸੜਿਆ ਮੈਂ। ਤੇ ਸਮੇਂ ਦੇ ਹਾਕਮੋ ਤੁਸੀਂ ਮੈਨੂੰ ਕੁਛ ਨਹੀਂ ਕਹਿੰਦੇ ਹੋ, ਓਏ ਤੁਸੀਂ ਜਿਸਨੂੰ ਮੇਰਾ ਕੁਛ ਨਹੀਂ ਕਹਿੰਦੇ ਹੋ, ਉਸ ਤੁਹਾਡੀ ਮੌਤ ਦਾ ਸਮਾਨ ਹੈ, ਮੌਤ ਦਾ ਸਮਾਨ। ਤੇ ਲੋਕਾਂ ਦੇ ਭਾਣੇ ਮੈਂ ਬਹੁਤ ਵਿਗੜਿਆ ਹੋਇਆ ਤੇ ਨਿਕੰਮਾ ਮੁੰਡਾ, ਰਾਹ ਜਾਂਦੀਆਂ ਬੁਲਾਵਾਂ ਨੂੰ ਮੱਲੋ ਮੱਲੀ ਗਲਪਾ ਲੈਣ ਦੀ ਵਾਦੀ ਹੈ ਮੈਨੂੰ, ਆਪਣੀ ਸਮਰੱਥਾ ਜਾਣ ਦਾ ਬੋਝਦਾ ਵੀ ਆਪ ਤੋਂ ਤਗੜਿਆਂ ਨਾਲ ਮੱਲੋ ਮੱਲੀ ਸਿੰਘ ਫਸਾ ਲੈਣਾ, ਜਾਂ ਮੈਨੂੰ ਉਈ ਪਸ਼ੂ ਜੂਨੇ ਪੈਣਾ ਚਾਹੀਦਾ ਸੀ। ਉਜੜਤਾ ਜਨੂਨ ਤੇ ਵਹਿਸ਼ਤ ਵਹਿੰਦਿਆਂ ਚੱਲਦਿਆਂ ਹੁਣ ਵੀ ਸੁਤੇ ਸਿੱਧ ਸਿਰ ਤੇ ਸਿੰਘ ਨਿਕਲ ਆਉਂਦੇ ਨੇ। ਊਂ ਇਹ ਪੱਕੀ ਗੱਲ ਹੈ ਵੀ ਮੈਂ ਕੋਈ ਮਹਾਂਪੁਰਖ ਜਾਂ ਜਿੰਦਾ ਸ਼ੀਲ ਨਹੀਂ, ਨਾ ਮੈਂ ਕੋਈ ਮਹਾਂਪੁਰਖ ਨਹੀਂ, ਨਾ ਕੋਈ ਜਿੰਦਾ ਸ਼ਹੀਦ ਹਾਂ। ਮੈਂ ਤਾਂ ਰੇਗਿਸਤਾਨ ਦੇ ਵਿੱਚ ਬਣਿਆ ਹੋਇਆ ਪੁਲਾ, ਮੈਂ ਮਰ ਗਏ ਬੱਚੇ ਦੀ ਹਥੇਲੀ ਉੱਤੇ ਉਕਰੀ ਹੋਈ ਲੰਬੀ ਉਮਰ ਦੀ ਰੇਖਾ। ਮੈਂ ਜ਼ਿੰਦਗੀ 'ਚ ਇਸ ਤਰ੍ਹਾਂ ਜਿਵੇਂ ਕੁੱਤਾ ਛੱਪੜ 'ਚ ਚੱਲ ਜਾਂਦਾ, ਮੈਂ ਪਿੰਡ ਨੂੰ ਜਾਂਦੀ ਪੈਰਾਂ ਦੀ ਮਿੱਟੀ ਹਾਂ, ਮੈਂ ਪਿੰਡ ਨੂੰ ਜਾਂਦੀ ਪੈਰਾਂ ਦੀ ਮਿੱਟੀ ਹਾਂ, ਹੁਣ ਪੈਰਾਂ ਦੀ ਮਿੱਟੀ ਪਹਾੜ ਬਣ ਜਾਈ ਨੀ, ਕੱਖਾਂ ਦੀ ਕੁੱਲੀ ਮੀਨਾਰ ਬਣ ਜਾਈ ਨੀ, ਹੋ ਪੈਰਾਂ ਦੀ ਮਿੱਟੀ ਪਹਾੜ ਬਣ ਜਾਈ ਨੀ, ਕੱਖਾਂ ਦੀ ਕੁੱਲੀ ਮੀਨਾਰ ਬਣ ਜਾਈ ਨੀ, ਹੋਏ ਪੈਰਾਂ ਦੀ ਮਿੱਟੀ। ਆਪਾਂ ਤਾਂ ਇਹੋ ਜਿਹੇ ਗੀਤ ਲਿਖਣੇ ਆਉਂਦੇ ਨੇ, ਮੈਂ ਤਾਂ ਇਹੋ ਜਿਹੀ ਕਵਿਤਾ ਲਿਖ ਸਕਦਾ, ਮੈਂ ਸ਼ਬਦਾਂ ਦੇ ਨਾਲ ਕੁੜੀਆਂ ਦੀਆਂ ਧੁਨੀਆਂ ਦਾ ਖੇਤਰਫਲ ਨਹੀਂ ਮਿਣਦਾ। ਮੈਂ ਮਸ਼ੂਕਾਂ ਨੂੰ ਕੁੜੀਆਂ ਨੂੰ ਖਤ ਲਿਖ ਕੇ ਕਾਗਜ਼ਾਂ ਦਾ ਗਰਭਪਾਤ ਨਹੀਂ ਕਰਦਾ, ਮੈਂ ਪਾਟੀਆਂ ਹੋਈਆਂ ਅੱਡੀਆਂ ਦੀ ਗੱਲ ਕਰਦਾ, ਹਾਈ ਹੀਲ ਦੇ ਸੈਂਡਲਾਂ ਦੀ ਨਹੀਂ। ਮੈਂ ਹੱਕਾਂ ਦੀ ਗੱਲ ਕਰਦਾ, ਲੋਕਾਂ ਦੀ ਗੱਲ ਕਰਦਾ, ਤੁਹਾਡੀ ਗੱਲ ਕਰਦਾ, ਆਪਣੀ ਗੱਲ ਕਰਦਾ, ਪਿੰਡ ਦੀ ਗੱਲ ਕਰਦਾ। ਇਸ ਲਈ ਮੈਂ ਸ਼ਾਇਰੀ ਦੇ ਵਿੱਚ ਐਂ ਗਿਣਿਆ ਜਾਂਦਾ ਜਿਵੇਂ ਭੱਖੇ ਹੋਏ ਮੁਜਰੇ ਦੇ ਵਿੱਚ ਕੋਈ ਹੱਡਾ ਰੋੜੀ ਦਾ ਕੁੱਤਾ ਆਵੜੇ, ਹੱਡਾ ਰੋੜੀ ਦਾ ਕੁੱਤਾ। ਬਿਲਕੁਲ ਮੈਂ ਉਸ ਆਦਰਸ਼ਕ ਸੁਪਨੇ ਦੀ ਗੱਲ ਨਹੀਂ ਕਰ ਰਿਹਾ ਵੀ ਬੰਦੇ ਨੂੰ ਬੰਦਿਆਂ ਵਰਗਾ ਹੋਣਾ ਚਾਹੀਦਾ, ਮੈਂ ਕੁੱਤਾ ਜੋ ਬਾਂਦਰ ਨੂੰ ਨਫ਼ਰਤ ਕਰਦਾ, ਮੈਂ ਕੁੱਤੇ ਵਾਂਗ ਪੂਛ ਵੀ ਹਿਲਾਉਂਦਾ, ਫਜ਼ੂਲ ਕਾ ਦੇਣ ਵਾਲਾ ਭੌਂਕਦਾ ਵੀ ਹਾਂ ਤੇ ਕਦੇ ਕਦੇ ਵੱਢ ਵੀ ਖਾਂਦਾ। ਮੈਂ ਬਾਂਦਰ ਵਾਂਗ ਨਕਲਚੀ ਨਹੀਂ, ਨਾ 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 ਨਾ, ਮੈਨੂੰ ਨਾ ਘੀ ਕੀ ਕਰਨੀ ਆਉਂਦੀ ਹੈ, ਨਾ ਟਪੂਸੀ ਮਾਰਦਾ, ਨਾ ਹੀ ਮਰੇ ਹੋਏ ਸਮਿਆਂ ਨੂੰ ਹਿੱਕ ਨਾਲ ਲਾਈ ਫਿਰਦਾ ਬਾਂਦਰੀਆਂ। ਚਲੋ ਛੱਡੋ, ਖੈਰ ਇਹ ਤੁਹਾਨੂੰ ਇਹ ਪਤਾ ਵੀ ਮੈਂ ਕਵਿਤਾ ਕੋਲ ਜਾਣਾ ਕਿਵੇਂ ਹਾਂ, ਨਹੀਂ ਪਤਾ ਵੀ ਮੈਂ ਕਵਿਤਾ ਕਿਵੇਂ ਲਿਖਦਾ, ਕਿਵੇਂ ਜਾਂਦਾ ਕਵਿਤਾ ਕੋਲ? ਮੈਂ ਕਹਿੰਦਾ ਜੀ ਮੈਂ ਦੱਸਦਾ, ਮੈਂ ਕਵਿਤਾ ਕੋਲ ਕਿਵੇਂ ਜਾਂਦਾ, ਮੈਂ ਕਵਿਤਾ ਕੋਲ ਜਾਣਾ ਜਿਵੇਂ ਤੇ ਪੇਂਡੂ ਰਕਾਨ ਢਸ ਚੁੱਕੇ ਫੈਸ਼ਨ ਦਾ ਸੂਟ ਪਾਈ ਭਮੱਤਰੀ ਹੋਈ ਸ਼ਹਿਰ ਦੀਆਂ ਹੱਟੀਆਂ ਤੇ ਚੜ੍ਹਦੀ। ਮੈਂ ਕਵਿਤਾ ਕੋਲੇ ਮੰਗਦਾ ਤੇਰੇ ਲਈ ਨੌ ਪਾਲੇ ਸੀ ਸ਼ੀਸ਼ੀ, ਛੋਟੀ ਭੈਣ ਲਈ ਰੰਗਦਾਰ ਕਢਾਈ ਵਾਲਾ ਧਾਗਾ ਤੇ ਬਾਪੂ ਦੇ ਮੋਤੀਏ ਲਈ ਕੌੜਾ ਦਾਰੂ। ਕਵਿਤਾ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਸ਼ਰਾਰਤ ਸਮਝਦੀ ਹੈ,
ਤੇ ਮਹੀਨੇ ਦੀ ਮਹੀਨੇ ਆਪਣੇ ਰਖਵਾਲਿਆਂ ਨੂੰ ਬੈਂ ਤੇ ਡੰਡੇ ਤੇ ਮਲੈਣ ਪੱਟਾਂ ਵਾਲੀਆਂ ਰਫਲਾਂ ਦੇ ਕੇ ਕੱਲ ਦੀ ਰਾਤ ਬਰਾਤ ਤੇ ਮੇਰੇ ਵੱਲ ਜੋ ਨਾਲ ਲੈ ਜਾਂਦੇ ਨੇ ਮੇਰੀਆਂ ਮਨਪਸੰਦ ਕਿਤਾਬਾਂ ਤੇ ਤਾਕ ਚ ਪਈ ਮੇਰੀ ਨਿੱਕੇ ਹੁੰਦੇ ਦੀ ਫੋਟੋ ਤੇ ਤੁਸੀਂ ਚਾਹੁੰਦੇ ਹੋ ਅਸੀਂ ਮਹਿਕਦਾਰ ਸ਼ੈਲੀ ਚ ਲਿਖੀਏ ਫੁੱਲਾਂ ਦੇ ਗੀਤ ਸੁੱਕੇ ਸਲਵਾੜਾਂ ਚੋਂ ਭਾਲਦੇ ਹੋ ਬਹਾਰ ਦੀ ਰੂਹ ਕਿੰਨੀ ਗਲਤ ਥਾਂ ਆ ਗਏ ਤੁਸੀਂ ਸਾਡੇ ਲਹੂ ਨੂੰ ਆਦਤ ਹੈ ਮੌਸਮ ਨਹੀਂ ਵਹਿੰਦਾ ਮਹਿਫਲ ਨਹੀਂ ਵਹਿੰਦਾ ਜ਼ਿੰਦਗੀ ਦੇ ਜਸ਼ਨ ਵੱਢ ਲੈਂਦਾ ਤੇ ਸੂਲੀ ਦੇ ਗੀਤ ਛੂ ਲੈਂਦਾ ਜ਼ਿੰਦਗੀ ਸੂਲੀ ਗੀਤ ਮੇਰਾ ਲਹੂ ਬਰਾਬਰ ਹੈ ਯੁੱਧ ਯੁੱਧ ਲੋਚਦੇ ਰਹੇ ਯੁੱਧ ਤੋਂ ਬਚਣੇ ਦੀ ਲਾਲਸਾ ਚ ਬਹੁਤ ਨਿੱਕੇ ਹੋ ਗਏ ਅਸੀਂ ਯੁੱਧ ਸਾਡੇ ਸਿਰਾਂ ਤੇ ਆਕਾਸ਼ ਵਾਂਗ ਛਾਇਆ ਰਿਹਾ ਤੇ ਅਸੀਂ ਧਰਤੀ ਚ ਪੁੱਟੇ ਭੋਰਿਆਂ ਨੂੰ ਮੋਰਚਿਆਂ ਚ ਬਦਲੋ ਚੱਕਦੇ ਰਹੇ ਡਰ ਡਰ ਕਦੇ ਥੈਂਕ ਯੂ ਬਣ ਗਿਆ ਕਦੇ ਸੋਰੀ ਡਰ ਸਾਡੇ ਰੂਹਾਂ ਦੀ ਸੱਜਣਤਾ ਹੀ ਬਣ ਗਿਆ ਅਸੀਂ ਜਿਸ ਸ਼ਾਂਤੀ ਲਈ ਰੀਂਗਦੇ ਰਹੇ ਉਹ ਸ਼ਾਂਤੀ ਬਗਿਆੜਾਂ ਦੇ ਜਵਾੜਿਆਂ ਸਵਾਦ ਬਣ ਕੇ ਟੱਪਦੀ ਰਹੀ ਅਸੀਂ ਜਦੋਂ ਤੋਂ ਪਾਸਾ ਵੱਟ ਕੇ ਲੰਘਦੇ ਰਹੇ ਬਿਸਤਰਿਆਂ ਚ ਵੜਦੇ ਰਹੇ ਯੁੱਧ ਯੁੱਧ ਇਸ਼ਕ ਦੀ ਸਿਖਰ ਦਾ ਨਾਂ ਹੈ ਯੁੱਧ ਲਹੂ ਦੇ ਲਾੜ ਦਾ ਨਾਂ ਹੈ ਯੁੱਧ ਜੀਣ ਦੇ ਨਿੱਘ ਦਾ ਨਾਂ ਹੈ ਯੁੱਧ ਕੋਮਲ ਹਸਰਤਾਂ ਦੀ ਮਾਲਕੀ ਦਾ ਨਾਂ ਹੈ ਯੁੱਧ ਅਮਨ ਦੇ ਸ਼ੁਰੂ ਦਾ ਨਾਂ ਹੈ ਯੁੱਧ ਸ਼ਰਾਬ ਨੂੰ ਸੁੰਘਣ ਜਿਹਾ ਅਹਿਸਾਸ ਹੈ ਯੁੱਧ ਜਾਰੀ ਲਈ ਵਧਿਆ ਇੱਕ ਹੱਥ ਹੈ ਯੁੱਧ ਕਿਸੇ ਮਹਿਬੂਬ ਲਈ ਅੱਖਾਂ ਦੇ ਵਿੱਚ ਲਿਖਿਆ ਖਾਤਾ ਹੈ ਯੁੱਧ ਲੜਨ ਵਾਲਿਆਂ ਦੇ ਮੱਥੇ 'ਚ ਚਾਨਣ ਖਿੰਡਿਆ ਹੁੰਦਾ ਹੈ ਯੁੱਧ ਲੜਨ ਵਾਲੇ ਜ਼ਿੰਦਗੀ ਦੀ ਵਿਸ਼ਾਲ ਕੈਨਵਸ ਤੇ ਆਪਣੀ ਤਸਵੀਰ ਛਾਪਦੇ ਨੇ ਤੇ ਅਸੀਂ ਇਸ ਵਿਸ਼ਾਲ ਕੈਨਵਸ ਤੋਂ ਬਹੁਤ ਹੀ ਸੀਮਤ ਪ੍ਰਭਾਵ ਪਾ ਲੈਣ ਦੀ ਆਦਤ ਦੇ ਦੋਸ਼ੀ ਹਾਂ ਜੇ ਤੁਸੀਂ ਮੈਂ ਜਾਂ ਕਹਿ ਲਓ ਅਸੀਂ ਜ਼ਿੰਦਗੀ 'ਚ ਕੁਝ ਵੀ ਨਾ ਹਾਸਲ ਕਰ ਸਕਣ ਤੇ ਸਦਾ ਚੜ੍ਹਦੀਆਂ ਕਲਾ ਵਿੱਚ ਰਹਿਣ ਵਾਲਿਆਂ ਵਾਂਗ ਤੱਕਣਾ ਚਾਹੁੰਦੇ ਹਾਂ ਤਾਂ ਮੈਨੂੰ ਮਾਫ਼ ਕਰਨਾ ਮੈਂ ਉਹਨਾਂ ਮਹਾਂਪੁਰਖਾਂ 'ਚ ਨਹੀਂ ਹਾਂ ਮੈਂ ਮਨੁੱਖ ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਮੈਂ ਮਨੁੱਖ ਹਾਂ ਮੈਂ ਸਲਾਮ ਕਰਦਾ ਆਉਣ ਵਾਲੇ ਖੁਸ਼ਗਵਾਰ ਮੌਸਮਾਂ ਨੂੰ ਜਦ ਮੁਸੀਬਤਾਂ ਨਾਲ ਪਾਲੇ ਗਏ ਪਿਆਰ ਸਫਲ ਹੋਣਗੇ ਜਦ ਬੀਤੇ ਵੇਲਿਆਂ ਦਾ ਵਗਿਆ ਹੋਇਆ ਲਹੂ ਜ਼ਿੰਦਗੀ ਦੀ ਧਰਤੀ ਤੋਂ ਚੁੱਕ ਕੇ ਮੱਥਿਆਂ 'ਤੇ ਲਾਇਆ ਜਾਏਗਾ ਮੈਂ ਸਲਾਮ ਕਰਦਾ ਆਉਣ ਵਾਲੇ ਖੁਸ਼ਗਵਾਰ ਮੌਸਮਾਂ ਨੂੰ ਇਹਨੂੰ ਜਾਗਣ ਦਾ ਹੋਕਾ ਦੇਣਾ ਆਪਣੇ ਆਪ ਨੂੰ ਗਾਲ ਕੱਢਣ ਵਾਲੀ ਗੱਲ ਹੈ ਯਾਰ ਮੈਂ ਗਾਣਿਆਂ ਦਾ ਵਿਰੋਧੀ ਨਹੀਂ ਗੀਤ ਮੈਨੂੰ ਵੀ ਚੰਗੇ ਲੱਗਦੇ ਨੇ ਪਰ ਗੀਤ ਇਹੋ ਜਿਹਾ ਹੋਵੇ ਜਿਵੇਂ ਕੋਈ ਅਨਪੜ੍ਹ ਮੁਟਿਆਰ ਆਪਣੀਆਂ ਉਂਗਲਾਂ ਦੇ ਨਾਲ ਰੇਤ ਦੇ ਵਿੱਚ ਆਪਣੇ ਪ੍ਰੇਮੀ ਦਾ ਉਹੀ ਮਿੱਚੀ ਦਾ ਨਾਂ ਲਿਖਦੀ ਜਾ ਭਈ ਫਿਰ ਗਾਣੇ ਹੁਣ ਸਾਡੇ ਵਾਲੇ ਉਹ ਬੱਲੇ ਬੱਲੇ ਹੋਏ ਚੱਕ ਲੈ ਆਜ਼ਾਦੀ ਆਪਣੀ ਦੁਖੀ ਦਿਲਾਂ ਦੇ ਮੇਚ ਨੀ ਆਈ ਚੱਕ ਲੈ ਆਜ਼ਾਦੀ ਆਪਣੀ ਉਹ ਬੱਲੇ ਬੱਲੇ ਵੀ ਕਾਲੇ ਦਿਲ ਕਿੱਦਾਂ ਢੱਕ ਲੂ ਉਹ ਬੱਲੇ ਬੱਲੇ ਵੀ ਕਾਲੇ ਦਿਲ ਕਿੱਦਾਂ ਢੱਕ ਲੂ
ਥੋੜਾ ਚਿੱਟੇ ਖੱਦਰ ਦਾ ਆਏ ਬਾਣਾ ਕਾਲੇ ਦਿਲ ਕਿੱਦਾਂ ਟੱਕ ਲੂ ਸਾਡੇ ਸਮਿਆਂ ਚ ਕਹੀ ਹੋਈ ਲੋਹੇ ਦੀ ਕਥਾ ਸਾਨੂੰ ਆਵਾਜ਼ਾਂ ਮਾਰਦੀ ਆ ਵੀ ਹੁਣ ਚੱਲਿਆ ਜਾਵੇ ਉੱਡਦੇ ਹੋਏ ਬਾਜਾਂ ਮਗਰ ਖਿਲਰੇ ਹੋਏ ਵਰਕੇ ਲੈ ਕੇ। ਮੈਨੂੰ ਇਹ ਪੜ੍ਹਨ ਦਾ ਬਹੁਤ ਚਸਕਾ ਹੈ, ਠਰਕ ਹੀ ਹੈ ਇੱਕ ਹਿਸਾਬ ਨਾਲ ਪੜ੍ਹਨ ਦਾ। ਇਹ ਆਦਤ ਮੈਨੂੰ ਮੇਰੇ ਪਾਪਾ ਜੀ ਸਰਦਾਰ ਸੋਹਣ ਸਿੰਘ ਹੋਰਾਂ ਨੇ ਲਾਈ। ਬਚਪਨ 'ਚ ਮੈਨੂੰ ਇੱਕ ਰਸਾਲਾ ਲਿਆ ਕੇ ਦਿੱਤਾ ਸੀਗਾ ਬਾਲ ਸੰਦੇਸ਼। ਵੈਸੇ ਜੇ ਨਿਆਣਿਆਂ ਨੂੰ ਪੜ੍ਹਨ ਦੀ ਆਦਤ ਪਾ ਦੀ ਇਹਨਾਂ ਦਾ ਬੰਦੇ ਬਣੇ ਰਹਿੰਦੇ। ਮੈਂ ਆਪਣੀ ਧੀ ਵਿੰਕਲ ਨੂੰ ਵਿਰਾਸਤ ਦੇ ਵਿੱਚ ਕਿਤਾਬਾਂ ਹੀ ਦੇ ਕੇ ਜਾਣੀਆਂ ਨੇ ਬਸ। ਜਿੱਦੇ ਵਿੰਕਲ ਪੈਦਾ ਹੋਈ ਹੈ ਨਾ 19 ਜਨਵਰੀ 1982 ਨੂੰ, ਉਹਦੇ ਮੈਨੂੰ 15 ਦਿਵਾਲੀਆਂ ਜਿੰਨਾ ਚਾਹ ਚੜਿਆ ਸੀ। ਮੇਰਾ ਤਾਂ ਪਤਾ ਨਹੀਂ ਮੈਂ ਜੰਮਿਆ ਸੀ ਕੁੱਗਿਆ ਸੀ। ਕਹਿੰਦੇ 9 ਸਤੰਬਰ 1950 ਸੀ ਉਹਦੇ, ਇਸ ਲਈ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਮੈਂ ਬੰਦਾ ਕਿ 9 ਤਰੀਕ ਹਾਂ। ਭਾਈ ਗੱਲ ਤਾਂ ਵਿੰਕਲ ਦੀ ਚੱਲਦੀ ਸੀ, ਧੀ ਦਾ ਪਿਓ ਹੋਣਾ ਨਾ ਮਾਣ ਵਾਲੀ ਗੱਲ ਹੈ। ਮੈਨੂੰ ਧੀ ਦਾ ਪਿਓ ਹੋਣ 'ਤੇ ਮਾਣ ਹੈ, ਇੱਥੇ ਮੇਰੀ ਮਾਂ ਨੂੰ ਮੇਰੀ ਮਾਂ ਹੋਣ ਦਾ। ਮੇਰੀ ਬੀਬੀ ਮੈਨੂੰ ਦੱਸਦੀ ਹੁੰਦੀ ਹੈ, ਕਹਿੰਦੀ ਮੈਂ ਨਿੱਕਾ ਹੁੰਦਾ ਨਾ ਆਮ ਨਿਆਣਿਆਂ ਵਰਗਾ ਨਿਆਣਾ ਨਹੀਂ ਸੀ, ਰੀਰ ਹੀ ਨਹੀਂ ਕਰਦਾ ਸੀ, ਹਾਂ ਜਿੱਦੀ ਬਹੁਤ ਸੀ, ਆਪਣੀ ਗੱਲ ਮਨਾ ਕੇ ਹੀ ਸਾਹ ਲੈਂਦਾ ਸੀ। ਜਿੱਦੀ ਦਾ ਖੈਰ ਹੁਣ ਵੀ ਬਹੁਤ ਆ, ਇਸ ਲਈ ਆਪਣੀ ਸਮੇਂ ਦੀਆਂ ਸਰਕਾਰਾਂ ਦੇ ਨਾਲ ਬਣਦੀ। ਮੈਂ ਗੱਲ ਹੀ ਸਹੁਰਿਆਂ ਤੋਂ ਆਇਆ ਜੇਲ੍ਹ ਤੋਂ, ਸਹੁਰੀ ਪਏ ਪਏ ਨੇ ਮੈਂ ਇੱਕ ਲਾਹਾ ਜ਼ਰੂਰ ਲਿਆ, ਉਹ ਬਾਅਦ ਦੱਸਦਾ। ਸਹੁਰਿਆਂ ਨੇ ਜਿੱਥੇ ਮੈਨੂੰ ਰੱਖਿਆ ਹੋਇਆ ਸੀ ਨਾ ਉਹ ਮਸਾਂ ਗੁਸਲਖਾਨੇ ਜਿੱਡੀ ਥਾਂ ਸੀ, ਉੱਥੇ ਖਾਣਾ ਉੱਥੇ ਪੀਣਾ ਉੱਥੇ ਸੋਣਾ ਅਤੇ ਉੱਥੇ ਸਾਰਾ ਕੁਛ। ਇੱਕ ਘੜਾ ਪਾਣੀ ਦਾ ਦਿੰਦੇ ਸੀ ਇੱਕ ਦਿਨ ਦੇ ਵਿੱਚ, ਉਹੀ ਪੀਣ ਦੇ ਕੰਮ ਆਉਂਦਾ ਉਹੀ ਨਹਾਉਣ ਦੇ। ਉੱਥੇ ਇੱਕ ਬੜੀ ਗਲੀ ਜੀ ਕੀੜੀ ਸੀ ਜਿੱਥੇ ਲੜਦੀ ਪਿੰਡਾਂ ਲਾਲੋ ਲਾਲ ਕਰਦਾ ਸੀ। ਇੱਕ ਦਿਨ ਮੈਂ ਆਪਣੀ ਕੋਠਲੀ 'ਚ ਬੈਠੇ ਨੇ ਪਿੰਡਾਂ ਖੁਰਕਦੇ ਨੇ ਬਾਹਰ ਪਹਿਰੇ 'ਤੇ ਖੜੇ ਸਿਪਾਹੀ ਨੂੰ ਕਿਹਾ, ਮੈਂ ਕਿਹਾ ਸਿਪਾਹੀਆ ਸਿਪਾਹੀਆ ਯਾਰ ਤੈਨੂੰ ਵੀ ਮੈਂ ਉੱਡਾ ਹੀ ਖਤਰਨਾਕ ਦੇਖਦਾ, ਮੇਰੀ ਆਉਤੜੀ ਹੋਈ ਚਮੜੀ ਮੂੰਹ 'ਚੋਂ ਵਗਦਾ ਲਹੂ ਦੇਖ ਕੇ ਇਹਦੇ 'ਚ ਤੈਨੂੰ ਆਪਣਾ ਆਪ ਦਿਖਾਈ ਨਹੀਂ ਦਿੰਦਾ। ਸਿਪਾਹੀਆ ਤੇਰਾ ਤੇਰਾ ਬਾਪੂ ਵੀ ਆ ਥੱਕਿਆ ਹੋਇਆ ਆਪਣੇ ਸਿਰ ਤੋਂ ਪੱਠਿਆਂ ਦੀ ਭਰੀ ਲਾਉਂਦਾ ਹੋਊ ਤਾਂ ਉਹਦੀਆਂ ਨਾੜਾਂ ਵੀ ਮਨਸ਼ਾ ਕਰਦੀਆਂ ਹੋਣਗੀਆਂ ਵੀ ਕਿਹੜੀ ਘੜੀ ਬੁਰੇ ਦਾ ਸਿਰ ਫੇਦਿਆਂ। ਸਿਪਾਹੀਆ ਤੂੰ ਮੈਨੂੰ ਦੁਸ਼ਮਣ ਸਮਝਦਾ ਹੈ? ਓਏ ਹਲੇ ਤਾਂ ਮੈਂ ਦੁਸ਼ਮਣੀ ਦੀ ਪੂਣੀ ਕੱਤੀ ਹੈ, ਹਲੇ ਤਾਂ ਮੈਂ ਉਸਤਰੇ ਨਾਈਆਂ ਦੇ ਬਦਲਨੇ ਨੇ ਖੰਜਰ ਦੇ ਵਿੱਚ, ਹਜੇ ਤਾਂ ਮੈਂ ਮਿਸਤਰੀਆਂ ਦੀ ਕੰਡੀ ਦੇ ਉੱਤੇ ਲਿਖਣੀ ਹੈ ਵਾਰ ਚੰਡੀ ਦੀ। ਬੋਲ ਬੋਲ ਸਿਪਾਹੀਆ। ਕੁਝ ਨਹੀਂ ਬੋਲਿਆ, ਚੁੱਪ ਰਿਹਾ। ਬੋਲਦਾ ਵੀ ਕੀ, ਸਰਕਾਰੀ ਤੰਤਰ ਦੇ ਵਿੱਚ ਬੰਦਾ ਯੰਤਰ ਜਿਹਾ ਬਣ ਜਾਂਦਾ। ਖੈਰ ਵੈਸੇ ਜਿਹੜੀ ਗੱਲ ਚੱਲੀ ਸੀ ਵੀ ਸਹੁਰੀ ਪਏ ਪਏ ਨੇ ਮੈਂ ਇੱਕ ਲਾਹਾ ਜ਼ਰੂਰ ਲਿਆ, ਸ਼ੇਕਸਪੀਅਰ ਦੀ ਪੂਰੀ ਰਚਨਾ ਦੀ ਇਹੀ ਤਹੀ ਫੇਰ ਸੀ। ਇਹ ਕੰਡਾ ਵੀ ਚਿਰਾਂ ਤੋਂ ਰੜਕਦਾ ਸੀ। ਆਹ ਕੰਡੇ ਤੋਂ ਯਾਦ ਹੈ ਚੱਪਲ ਦੀ ਟੁੱਟੀ ਬਦਲ 'ਚ ਪੈਨ ਫਸਾਈ ਫਿਰਦਾ। ਆਹ ਲਾਈਨ ਚੰਗੀ ਆ, ਉਹ ਨੋਟ ਕਰ ਲੈਣੇ, ਕਈ ਵਾਰੀ ਕਵਿਤਾ ਹੀ ਬਣ ਜਾਂਦੀ ਹੈ। ਚੱਪਲ ਦੀ ਟੁੱਟੀ ਪੱਧਰ ਦੇ ਵਿੱਚ ਪਿੰਨ ਫਸਾਈ ਫਿਰਦਾ। ਕੁਝ ਲੋਕ ਇੱਥੇ ਸਿਰਫ ਬੂਟ ਪਾਉਣ ਆਉਂਦੇ ਨੇ, ਇਹਨਾਂ ਬੂਟਾਂ ਦਾ ਵੀ ਬੜਾ ਅਜੀਬ ਫਲਸਫਾ ਹੈ। ਇਹ ਆਦਮੀ ਨੂੰ ਡੂਮਣੇ ਦੀ ਮੱਖੀ ਅੰਗੂ ਚਿੰਬੜ ਜਾਂਦੇ ਨੇ ਤੇ ਬਸ
ਆਪਣੇ ਜੋਗੇ ਹੀ ਕਰ ਲੈਂਦੇ ਨੇ। ਜ਼ਿੰਦਗੀ ਨਾਲੋਂ ਤੋੜ ਦਿੰਦੀ ਹੈ ਇਹਨਾਂ ਬੂਟਾਂ ਦੀ ਜਕੜ। ਜ਼ਿੰਦਗੀ ਜੀਵਨ ਇਹ ਜਿਉਂਦੇ ਆਦਮੀ ਮੁੜਕੇ ਦੀ ਸਾਹਾਂ ਦੀ ਹੰਕ ਤੋਂ ਬਿਨਾਂ ਤੇਰੇ ਕੋਲੇ ਹੈ ਹੀ ਕੀ? ਮੇਰੇ ਕੋਲੇ ਮੇਰੇ ਕੋਲੇ ਕੋਈ ਚਿਹਰਾ ਸੰਬੋਧਨ ਕੋਈ ਨਹੀਂ। ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ ਤੇ ਤਾਂਹੀਓ ਜਾਪ ਰਿਹਾ ਮੈਂ ਹਰ ਸ਼ਹਿਰ ਤੋਂ ਹਵਾ ਵਾਂਗੂ ਸਰਸਰਾ ਕੇ ਲੰਘ ਜਾਵਾਂ। ਜ਼ਿੰਦਗੀ ਦੇ ਵਿੱਚ ਹਵਾ ਵਾਂਗੂ ਸਰਸਰਾ ਕੇ ਲੰਘਣਾ ਆ ਜੇ ਨਾ ਇਹਦੇ ਵਰਗੀ ਰੀਸ ਕੋਈ ਨਹੀਂ। ਜ਼ਿੰਦਗੀ ਦੇ ਮੇਲੇ ਦਾ ਸਵਾਦ ਹੀ ਫੇਰ ਆਉਂਦਾ। ਮੇਲੇ ਤੋਂ ਯਾਦ ਆਇਆ, ਮੈਂ ਮੇਲਿਆਂ ਦਾ ਬੜਾ ਸ਼ਦਾਈ ਬਹੁਤ ਜ਼ਿਆਦਾ। ਕੁਛ ਮੇਲੇ ਮੈਂ ਮਾਝੇ ਦੇ ਦੇਖੇ, ਕੁਛ ਦੁਆਬੇ ਦੇ। ਇੱਕ ਮੇਲਾ ਮੈਂ ਮਾਲਵੇ ਦਾ ਦੇਖਿਆ, ਛਪਾਰ ਦਾ ਮੇਲਾ। ਓਏ ਹੋਏ ਹੋਏ, ਤੀਵੀਆਂ ਦਾ ਮੇਲਾ ਅੱਡ ਭਰਦਾ, ਬੰਦਿਆਂ ਦਾ ਮੇਲਾ ਅੱਡ ਭਰਦਾ। ਸਾਰੀ ਸਾਰੀ ਰਾਤ ਬੋਲੀਆਂ ਪੈਂਦੀਆਂ ਨੇ। ਕਦੇ ਬੋਲੀਆਂ ਘੱਗਰੀ ਪਾ ਕੇ ਨੱਚਣ ਲੱਗ ਜਾਂਦੀਆਂ ਨੇ, ਕਦੇ ਬੋਲੀਆਂ ਘੁੰਡ ਕੱਢ ਕੇ ਸ਼ਰਮਾਉਣ ਲੱਗ ਜਾਂਦੀਆਂ ਨੇ, ਕਦੇ ਬੋਲੀਆਂ ਪੱਗ ਬੰਨ ਕੇ ਵੜਕਾਂ ਮਾਰਨ ਲੱਗ ਜਾਂਦੇ ਨੇ, ਤੇ ਕਦੇ ਬੋਲੀਆਂ ਕੱਪੜੇ ਲਾਹ ਕੇ ਨੱਚਣ ਲੱਗ ਜਾਂਦੀਆਂ ਨੇ। ਮੈਂ ਉੱਥੇ ਬੋਲੀਆਂ ਦਾ ਹਿੰਦੀ 'ਚ ਅਨੁਵਾਦ ਕੀਤਾ, ਪੰਜਾਬੀ ਠੇਠ ਬੋਲੀਆਂ ਦਾ ਹਿੰਦੀ 'ਚ ਅਨੁਵਾਦ। ਹਮਨੇ ਕੁਛ ਅਨੁਵਾਦ ਐਸੇ ਕੀਆ, ਇੱਕ ਬੋਲੀ ਦਾ ਅਨੁਵਾਦ ਇਹ ਸੀ ਵੀ, ਕਿਆ ਮਿਲਾ ਕਪੋਲੋ ਕੇ ਸਪਰਸ਼ ਸੇ ਮੁਫਤ ਕੀ ਬਦਨਾਮੀ ਕੇ ਸਿਵਾ, ਕਿਆ ਮਿਲਾ ਕਪੋਲੋ ਕੇ ਸਪਰਸ਼ ਸੇ ਮੁਫਤ ਕੀ ਬਦਨਾਮੀ ਕੇ ਸਿਵਾ। ਕਿਹੜੀ ਬੋਲੀ ਉਪਲਾ ਦੇਵੀ, ਕੀ ਲੈ ਲਿਆ ਗੱਲਾਂ ਨੂੰ ਹੱਥ ਲਾ ਕੇ, ਲਾਲਾ ਲਾਲਾ ਹੋ ਗਈ ਮਿੱਤਰਾ। ਇਹ ਬੋਲੀ ਦਾ ਅਨੁਵਾਦ ਹਮਨੇ ਕੁਛ ਯੂੰ ਕੀਆ ਕਿ ਸ਼ੀਘਰ ਹੀ ਚਲੇ ਜਾਓਗੇ ਪਤਨ ਕੀ ਔਰ ਸੁਬਕ ਤੁਰਨਾ ਕੇ ਮਿੱਤਰ, ਸ਼ੀਘਰ ਹੀ ਚਲੇ ਜਾਓਗੇ ਪਤਨ ਕੀ ਔਰ ਸੁਬਕ ਤੁਰਨਾ ਕੇ ਮਿੱਤਰ। ਬੋਲੀ ਸੀ ਛੇਤੀ ਘਸ ਜਾਏਗਾ ਪਤਲੀ ਨਾਰ ਦਿਆ ਯਾਰਾ। ਇਹ ਬੋਲੀਆਂ ਦੇ ਵਿੱਚ ਨਾ ਸਮਾਜ ਦਾ ਮੂੰਹ ਜੜਿਆ ਹੁੰਦਾ ਸਿੱਧਾ ਹੀ, ਇਹਦੇ ਚ ਦੇਖੀ ਜਾਓ ਲੰਘੀ ਜਾਓ ਬਸ। ਵੈਸੇ ਮੈਂ ਸਮਾਜ ਦੇ ਰੰਗੀਨ ਝੱਲ ਦਾ ਬਹੁਤਾ ਲੋਭੀ ਨਹੀਂ। ਲੋਕ ਬੜਾ ਕੁਛ ਪਾਉਣਾ ਚਾਹੁੰਦੇ ਨੇ ਤੇ ਨਾ ਮਿਲਣ ਤੇ ਕਿਸਮਤ ਨੂੰ ਦੋਸ਼ ਦਿੰਦੇ ਨੇ। ਆਦਮੀ ਦੀ ਕਿਸਮਤ ਨਿਸ਼ਚਿਤ ਆ ਭਾਵੇਂ ਨਹੀਂ ਹੁੰਦੀ, ਪਰ ਕੋਈ ਵੀ ਪੁੱਟਿਆ ਗਿਆ ਕਦਮ ਉਹਦੇ ਸਫ਼ਰ ਦਾ ਕਾਫ਼ੀ ਕੁਛ ਤੈਅ ਕਰ ਦਿੰਦਾ ਹੈ, ਕਾਫ਼ੀ ਕੁਛ ਨਿਸ਼ਚਿਤ ਕਰ ਦਿੰਦਾ ਹੈ। ਪਹਿਲਾਂ ਪੈਰ ਪੁੱਟਣ ਤੋਂ ਪਹਿਲਾਂ ਅਸੀਂ ਪੂਰੀ ਤਰ੍ਹਾਂ ਯਾਦ ਹੁੰਦੇ, ਭਾਵੇਂ ਸੱਜਾ ਚੱਕ ਲਈਏ ਭਾਵੇਂ ਖੱਬਾ, ਭਾਵੇਂ ਸੱਜਾ ਭਾਵੇਂ ਖੱਬਾ, ਭਾਵੇਂ ਸੱਜਾ ਭਾਵੇਂ ਖੱਬਾ ਚੱਕੇ ਤੋਂ ਪੈਂਦੀ ਆ ਬਹੁਤ। ਫੈਸਲੇ 'ਚ ਮਰਜ਼ੀ ਇੱਕ ਵਾਰੀ ਚੱਲਦੀ ਹੈ। ਖੈਰ ਇਹਦਾ ਇੱਕ ਗੱਲ ਹੈ ਜੋ ਮੈਂ ਕਹੀ ਹੈ, ਬਾਕੀ ਅਮਲ ਕਰਨਾ ਜਾਂ ਨਾ ਕਰਨਾ ਇੱਕ ਅਲੱਗ ਗੱਲ ਹੈ। ਮੈਂ ਹਮੇਸ਼ਾ ਆਪਣੇ ਵਿਚਾਰਾਂ 'ਤੇ ਅਮਲ ਕਰਦਾ, ਸੁਣਦਾ ਸਭ ਦੀਆਂ ਕਰਦਾ ਆਪਣੀ। ਮੈਂ ਕੋਈ ਕੋਰਾ ਵਰਕਾ ਨਹੀਂ ਕਿ ਮੇਰੇ 'ਤੇ ਜੋ ਚਾਹੋ ਲਿਖ ਦਿਓ। ਤੁਸੀਂ ਮੈਨੂੰ ਸੁਣਾ ਸਕਦੇ ਹੋ, ਪੜ੍ਹਾ ਸਕਦੇ ਹੋ, ਲਿਖਾ ਸਕਦੇ ਹੋ, ਪਰ ਮੇਰੇ 'ਤੇ ਆਪਣੀ ਛਾਪ ਨਹੀਂ ਲਗਾ ਸਕਦੇ। ਕਰਾਂਗਾ ਤਾਂ ਮੈਂ ਇਹੋ ਹੀ ਜੋ ਮੈਂ ਕਰਨਾ ਚਾਹੁੰਦਾ। ਮੈਂ ਸ਼ਗਲ ਦੇ ਤੌਰ 'ਤੇ ਤੁਹਾਡੀ ਨਕਲ ਕਰ ਸਕਦਾ, ਰਵਾਇਤ ਦੇ ਤੌਰ 'ਤੇ ਹੁੰਗਾਰਾ ਭਰ ਸਕਦਾ, ਪਰ ਤੁਰਾਂਗਾ ਆਪਣੀ। ਪਰ ਤੋਰ ਵੀ ਵਿਗਾੜ ਕੇ ਰੱਖਦੀ ਸਹੁਰੇ ਦੇ। ਜੇਲ੍ਹ ਅੰਦਰ ਮੇਰੇ 'ਤੇ ਬੜਾ ਕੁਛ ਲਿਖਣ ਦੀ ਕੋਸ਼ਿਸ਼ ਕੀਤੀ ਗਈ। ਜੋ ਵੀ ਲਾਲ ਢੰਗ ਜੋ ਵੀ ਢੰਗ ਲਾਲ ਪਗੜੀ ਵਾਲਿਆਂ ਕੋਲ ਹੁੰਦਾ ਹੈ ਉਹਨਾਂ ਅਪਣਾਇਆ। ਖੈਰ ਇਹ ਤਾਂ ਕੁਛ ਵੀ ਨਹੀਂ, ਇੰਝ ਹੀ ਸ਼ੁਰੂ ਹੁੰਦਾ ਹੈ ਜ਼ਿੰਦਗੀ ਦਾ ਅਮਲ। ਫਿਰ ਤੋਂ ਹਵਾ ਤਸਦੀਕ ਕਰਦੀ ਹੈ, ਪੌਦੇ ਜਸ਼ਨ ਕਰਦੇ ਨੇ, ਫਿਰ ਉਹੀ ਸੰਘਰਸ਼ ਦੀ ਕਥਾ ਰੂਹ ਨੂੰ ਪਹੁੰਚਾਉਣ ਲਈ। ਉਹ ਸੰਘਰਸ਼ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ। ਮੈਂ 216 ਘੰਟੇ ਜਾਗ ਕੇ ਕੱਟੇ, ਦਿਨ ਦੇ ਵਿੱਚ ਦੋ ਟਾਈਮ ਦੋ ਰੋਟੀਆਂ ਦਿੰਦੇ ਸੀ, ਉਹ ਵੀ ਕਿਰਕ ਦੇ ਨਾਲ ਭਰੀਆਂ ਹੋਈਆਂ। ਇੱਕ ਰੋਟੀ ਮਸਾ ਲੰਘਦੀ ਸੀ, ਉਹਨਾਂ ਬਿਜਲੀ ਦੀ ਨੰਗੀ ਤਾਰ ਉੱਤੇ ਮੇਰਾ ਹੱਥ ਰੱਖਿਆ,
ਸੀਰੇ ਚ ਲਿਪੜੇ ਮੇਰੇ ਅੰਗ ਕੀੜਿਆਂ ਦੀ ਭੌਣ ਉੱਤੇ ਸੁੱਟ ਛੱਡੇ। ਉਹਨਾਂ ਦੇ ਚਿੱਤ ਚ ਹੋਊਗਾ ਮੈਂ ਗਿੜਗਿੜਾਉਂਗਾ, ਮਾਫੀਆ ਮੰਗੂੰਗਾ। ਬਰਸੀ ਮੰਗਦੇ ਨੇ ਸਾਨੂੰ ਤਾਂ ਐਵੇਂ ਮਰ ਜਾਣ ਦਾ ਠਰਕ ਜਾਂਦਾ। ਅਸੀਂ ਤਾਂ ਮਸ਼ੂਕ ਦੇ ਪੈਰੀ ਨਹੀਂ ਡਿੱਗਦੇ। ਮਸ਼ੂਕ ਮੋਰਨੀ ਆਰਾਮ ਲੱਜ਼ਤ ਅਫਸੋਸ। ਰਾਣੀਏ ਮੈਨੂੰ ਕਾਫੀ ਅਫਸੋਸ ਰਹੂਗਾ ਵੀ ਤੇਰੇ ਨਾਲ ਗੱਲਾਂ ਕਰਨ ਦਾ ਸਮਾਂ ਬੜਾ ਘੱਟ ਮਿਲਿਆ। ਖੈਰ ਇਹ ਰੀਝ ਫਿਰ ਕਿਤੇ ਜ਼ਰੂਰ ਪੂਰੀ ਕਰਾਂਗੇ। ਤੇਰੇ ਨਾਲ ਬਿਤਾਇਆ ਸਮਾਂ ਮੇਰੇ ਲਈ ਯਾਦਗਾਰੀ ਰਹੂਗਾ। ਤੇਥੋਂ ਬਿਨਾਂ ਮੈਂ ਸਿਧਾਰਥ ਨਹੀਂ ਬੁੱਧ ਹੁੰਦਾ ਤੇ ਆਪਣਾ ਰਾਹੁਲ ਜੀ ਨੇ ਕਦੇ ਨਹੀਂ ਜੰਮਣਾ। ਕਪਲ ਵਸਤੂ ਦਾ ਉੱਤਰ ਅਧਿਕਾਰੀ ਨਹੀਂ ਇੱਕ ਭਿਕਸ਼ੂ ਹੁੰਦਾ, ਤੇਥੋਂ ਬਿਨਾਂ ਮੈਂ ਹੁੰਦਾ ਹੀ ਨਹੀਂ। ਸਾਲਾਂ ਭਰ ਤੜਪ ਕੇ ਤੇਰੇ ਲਈ ਮੈਨੂੰ ਭੁੱਲ ਗਈ ਆਪਣੀ ਆਵਾਜ਼ ਦੀ ਪਛਾਣ। ਤੂੰ ਮੈਨੂੰ ਹਾਸਲ ਹੈ ਕਦਮ ਭਰਦੀ ਵਿੱਥ ਨਾਲ। ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ, ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ। ਤੇ ਕਦਮ ਕਦਮ ਤੇ ਮੇਰਾ ਸੱਚ ਤੇਰੇ ਨਾਲ ਹੈ ਕਿ ਸੱਚ ਮੇਰੀ ਜੀਵ ਤੇ ਵਲ ਰਿਹਾ। ਬਲੀਏ ਲਾਪਕ ਝੂਠ ਦਾ ਆਸਰਾ ਦੇ ਕੇ ਮੈਂ ਤੈਨੂੰ ਪਿਆਰ ਕਰਨਾ। ਹੇ ਤੇਰੇ ਕੋਲ ਦਿਲ ਦਾ ਸੱਚ ਕਹਿਣਾ ਦਿਲ ਦੀ ਬੇਅਦਬੀ ਹੈ, ਤੇਰੇ ਕੋਲ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ। ਜਾ ਜਾ ਮੇਰੀ ਸ਼ਿਕਾਇਤ ਦੇ ਕਾਬਲ ਹੋ ਕੇ ਆ। ਹਲੇ ਤਾਂ ਤੇਰਾ ਕੱਦ ਹਰ ਸ਼ਿਕਾਇਤ ਤੋਂ ਛੋਟਾ ਹੈ, ਹਲੇ ਤਾਂ ਤੇਰਾ ਕੱਦ ਮੇਰੀ ਹਰ ਸ਼ਿਕਾਇਤ ਤੋਂ ਕਿਤੇ ਛੋਟਾ ਹੈ, ਕਿਤੇ ਛੋਟਾ। ਦੇਖ ਫਿਰ ਗੁੱਸਾ ਕਰੇਗੀ। ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ ਜਿੱਦਾਂ ਮੂੰਹਜਵਾਨੀ ਗੀਤ ਹੁੰਦੇ ਨੇ? ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਉਂ ਪਏ? ਪਿਆਰ ਕਰਨਾ ਤੇ ਲੜ ਸਕਣਾ, ਜੀਣ ਤੇ ਮਾਲ ਲਿਆਉਣਾ ਮੇਰੀ ਦੋਸਤ ਇਹੋ ਹੁੰਦਾ ਹੈ। ਪਿਆਰ ਕਰਨਾ ਜੀਣ ਦਾ ਇੱਕੋ ਇੱਕ ਸਲੀਕਾ ਹੁੰਦਾ ਹੈ। ਪਿਆਰ ਕਰਨਾ ਤੇ ਜੀਣਾ ਉਹਨਾਂ ਨੂੰ ਕਦੇ ਨਹੀਂ ਆਉਣਾ ਜਿਨ੍ਹਾਂ ਨੂੰ ਜ਼ਿੰਦਗੀ ਨੇ ਪਾਣੀ ਬਣਾ ਦਿੱਤਾ। ਪਿਆਰ ਕਰਨਾ ਤਾਂ ਬੜਾ ਹੀ ਸਹਿਜ ਹੈ, ਜਿਵੇਂ ਜ਼ੁਲਮ ਨੂੰ ਸਹਾਰਦੇ ਹੋਇਆਂ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ। ਅਸੀਂ ਲੜਾਂਗੇ, ਅਸੀਂ ਲੜਾਂਗੇ। ਜਦ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਏਗੀ, ਜਦੋਂ ਤਲਵਾਰ ਨਾ ਹੋਈ ਉਦੋਂ ਲੜਨ ਦੀ ਲਗਨ ਹੋਏਗੀ, ਜਦੋਂ ਲੜਨ ਦੀ ਚਾਚ ਨਾ ਹੋਈ ਉਦੋਂ ਲੜਨ ਦੀ ਲੋੜ ਹੋਏਗੀ। ਤੇ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਹਲੇ ਤੱਕ ਲੜੇ ਕਿਉਂ ਨਹੀਂ, ਅਸੀਂ ਲੜਾਂਗੇ ਕਿ ਲੜਨ ਵਾਜੋ ਕੁਝ ਨਹੀਂ ਮਿਲਦਾ, ਅਸੀਂ ਲੜਾਂਗੇ ਸਾਥੀ ਉਦਾਸ ਮੌਸਮਾਂ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ, ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ, ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਹੱਥਾਂ ਦੇ ਪੈਰ ਰੱਟਣਾਂ ਦੀ ਕਸਮ ਖਾ ਕੇ, ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਜਦ ਤੱਕ ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ, ਅਸੀਂ ਲੜਾਂਗੇ ਲੜਕੇ ਮਰ ਚੁੱਕਿਆਂ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ। ਦੁਸ਼ਮਣ ਵੱਲੋਂ ਬਾਣਾ ਚ ਬੁਲਾਇਆ ਗਿਆ ਵਕਰ ਹੈ, ਜਾਂ ਕਿਸੇ ਕਾਮਰੇਡ ਦੇ ਘਰ ਦੀ ਛੱਤ ਉੱਤੇ ਲਹਿਰਾ ਰਹੇ ਲਾਲ ਝੰਡੇ ਦੀ ਬੇਸ਼ਰਮੀ ਹੈ। ਅੱਜ ਦਾ ਦਿਨ ਗੁਰਦੁਆਰੇ ਦੀ ਅਰਦਾਸ ਸ਼ਾਮਲ ਖੜੇ ਪੁਲਿਸ ਦੇ ਟਾਊਟ ਵੱਲੋਂ ਮੰਗਿਆ ਸਰਬੱਤ ਦਾ ਭਲਾ ਹੈ,
ਜਾਂ ਹੱਥਾਂ ਚੋਂ ਕਿਰਕਿਰ ਜਾਂਦੀ ਮਿੱਟੀ ਨੂੰ ਕੱਢੀ ਗਰੀਬ ਕਿਸਾਨ ਦੀ ਕਾਲ ਹੈ। ਅੱਜ ਦਾ ਦਿਨ ਕਿਸੇ ਮੁਰਦੇ ਦਾ ਲਹੂ ਜਾਂ ਰੱਦ ਹੋਈ ਬੂਟ ਦੀ ਪਰਚੀ ਹੈ, ਜਾਂ ਕਿਸੇ ਉਦਾਸ ਬੁੱਢੇ ਦੀ ਸਿਉਂ ਖਾਧੀ ਬੂਹੇ ਦੀ ਚਗਾਟ ਤੇ ਲੱਗੀ ਟਿਕ ਟਿਕ, ਜਾਂ ਕਿਸੇ ਬੋ ਮਾਰਦੇ ਬੋਝੇ ਅੰਦਰ ਬੁਝਾ ਕੇ ਰੱਖਿਆ ਬੀੜੀ ਦਾ ਟੁੱਟਾ ਹੈ। ਲੱਗਦਾ ਸਵੇਰ ਨਹੀਂ ਮੌਤ ਦੀ ਹਥੇਲੀ ਉੱਤੇ ਆਟਰੀ ਹੋਈ ਮੁਸਕਰਾਹਟ ਹੈ, ਰਾਤ ਦੀ ਰੋ ਰੋ ਕੇ ਸੁੱਜੀ ਅੱਖ ਹੈ। ਅੱਜ ਦਾ ਦਿਨ ਕਿਸੇ ਹੈਂਕੜਬਾਜ ਥਾਣੇਦਾਰ ਦੇ ਪੈਰਾਂ 'ਚ ਪਈ ਭਲੇ ਮਾਨਸ ਦੀ ਪੱਗ ਹੈ, ਸੂਰਜ ਵਰਗਾ ਕਿਤੇ ਕੁਝ ਨਹੀਂ। ਗੀਤ ਗਾ ਰਹੀਆਂ ਨੇ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਏਗਾ, ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਏਗਾ, ਇੱਥੇ ਕਿਤੇ ਉਰੇ ਪਰੇ ਬੰਨਿਆਂ ਤੇ ਘਾਹ ਖੋਤੇਗਾ, ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ, ਕਲਮ ਕੱਲਿਆਂ ਬਹਿ ਕੇ ਰੋਇਆ ਕਰੇਗਾ, ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ। ਚਿੜੀਆਂ ਦਾ ਚੰਬਾ ਮੁਫ਼ਤ 'ਚ ਹੀ ਪਰੇਸ਼ਾਨ ਹੋਈ ਜਾਂਦਾ ਹੈ। ਉਹ ਭਾਈ ਬਾਬਲ ਦਾ ਡੋਲੇ ਨੂੰ ਤੋੜ ਕੇ ਉੱਖੜੇ ਬੂਹੇ ਤੇ ਇੱਟਾਂ ਲਵਾਊਗਾ। ਚੰਗਾ ਗੀਤਾਂ ਦੇ ਵਿੱਚ ਨਾ ਰੁੱਤ ਦੇ ਨਾਲ ਨਵਾਂ ਨਿਖਾਰ ਆਉਂਦਾ, ਰੁੱਤ ਮਹਿਕਣ ਲੱਗ ਜਾਂਦੀ ਹੈ, ਪਰ ਹੁਣ ਰੁੱਤ ਨੂੰ ਨਜ਼ਰ ਲੱਗ ਗਈ, ਸਮਾਂ ਆਪਣੀ ਗਰਦ ਖੰਡਾ ਰਿਹਾ। ਪਰ ਜੇ ਕੁੜੀਆਂ ਗੀਤ ਗਾਉਂਦੀਆਂ ਰਹਿਣ ਤਾਂ ਹੋ ਸਕਦਾ ਇੱਥੇ ਉੱਡਦੀ ਧੂੜ ਨੂੰ ਕੁਝ ਥੱਲ ਪੈ ਜਾਂਦਾ। ਮੇਰੀ ਬੁਲਬੁਲ ਵੀ ਗੀਤ ਗਾਉਂਦੀ ਹੈ ਬਾਗਾਂ 'ਚ। ਹਰ ਸ਼ਰਤ ਨੂੰ ਹਾਰ ਚੁੱਕੇ ਹਾਂ, ਮੈਂ ਹੁਣ ਬੰਦੇ ਦੀ ਬਜਾਏ ਘੋੜਾ ਬਣਨਾ ਚਾਹੁੰਦਾ। ਮੇਰੀ ਬੁਲਬੁਲ ਹਜੇ ਤਾਂ ਬਹਾਰ ਕਾਤਲ ਹੈ, ਸਾਰੇ ਫੁੱਲ ਚਾਹੁੰਦੇ ਨੇ ਸਿਰਫ ਫੁੱਲ, ਲੋਕੀ ਸੁਪਨੇ ਚਾਹੁੰਦੇ ਨੇ ਸੁਪਨੇ, ਪਰ ਸੁਪਨੇ ਹਰ ਕਿਸੇ ਨੂੰ ਨਹੀਂ ਆਉਂਦੇ। ਬੇਜਾਨ ਬਰੂਦ ਦੇ ਕਣਾਂ ਸੁੱਤੀ ਅੱਗ ਨੂੰ ਸੁਪਨੇ ਨਹੀਂ ਆਉਂਦੇ, ਬਦੀ ਦੀ ਉੱਠੀ ਹਥੇਲੀ ਉਤਲੇ ਮੁੜਕੇ ਨੂੰ ਸੁਪਨੇ ਨਹੀਂ ਆਉਂਦੇ, ਮਲਾਹਾਂ ਨਾਲ ਰੁੱਸ ਗਏ ਸਮੁੰਦਰ ਨੂੰ ਸੁਪਨੇ ਨਹੀਂ ਆਉਂਦੇ, ਸ਼ੈਲਫਾਂ 'ਚ ਪਏ ਇਤਿਹਾਸ ਦੇ ਗ੍ਰੰਥਾਂ ਨੂੰ ਸੁਪਨੇ ਨਹੀਂ ਆਉਂਦੇ। ਸੁਪਨਿਆਂ ਲਈ ਨੀਂਦ ਦੀ ਨਜ਼ਰ ਦਾ ਹੋਣਾ ਲਾਜ਼ਮੀ ਹੈ, ਸੁਪਨੇ ਤਾਂ ਜਗਾਉਂਦੇ ਨੇ ਰੋਹ ਨੂੰ, ਸੁਪਨੇ ਹੀ ਤਾਂ ਕਰਦੇ ਨੇ ਗਜ਼ਬ ਦੀ ਗੱਲ। ਮੇਰੇ ਗਜ਼ਬ ਦਾ ਜ਼ਰਾ ਕਿਆਸ ਕਰੋ, ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ, ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ, ਮੇਰੇ ਵਹਿਸ਼ਤ ਦਾ ਹੁਣ ਰਾਗ ਸੁਣੋ, ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ, ਸਾਡੀ ਦਰਦ ਵਲੇਟੀ ਚੀਕ ਸੁਣੋ, ਤੁਸੀਂ ਗਲਤ ਸੁਣੋ ਜਾਂ ਠੀਕ ਸੁਣੋ, ਸਾਡੇ ਤੋਂ ਸਾਡੀ ਨੀਤ ਸੁਣੋ। ਸਮਝਣਗੇ ਸਾਡੀ ਨੀਤ ਨੂੰ ਉਹ ਜਿਨ੍ਹਾਂ ਨੇ ਪਿੰਡ ਦੇ ਕੋਠਿਆਂ ਦੀਆਂ ਛੱਤਾਂ ਤੇ ਸਿਰਫ ਛੰਦੀਆਂ ਸੁੱਕਦੀਆਂ ਵੇਖੀਆਂ ਨੇ, ਪਰ ਨਹੀਂ ਸੁੱਕਦੇ ਵੇਖੇ ਮੰਡੀਆਂ ਦੇ ਵਿੱਚ ਭਾਅ। ਉਹ
ਲੋਕੀ ਜਾਣਨਗੇ ਪਿੰਡ ਦੀ ਉਸ ਕੁੜੀ ਬਾਰੇ ਜਿਹਦੇ ਪੈਰ ਸੋਹਣੇ ਨੇ ਕਿ ਉਹਦਾ ਕੀ ਨਾਤਾ ਹੈ ਦਿੱਲੀ ਦੀ ਉਸ ਹੁਕਮਰਾਨ ਔਰਤ ਦੇ ਨਾਲ। ਉਹ ਹੁਕਮਰਾਨ ਔਰਤ ਜੋ ਪਿਛਲੇ ਦਿਨੀ ਕਤਲ ਹੋਈ ਹੈ, ਮੈਂ ਉਸਦੇ ਖਿਲਾਫ ਸੀ ਤੇ ਹਾਂ, ਮੈਂ ਸਾਰੀ ਉਮਰ ਉਸਦੇ ਖਿਲਾਫ ਲਿਖਿਆ ਤੇ ਸੋਚਿਆ। ਜੇ ਅੱਜ ਉਹਦੇ ਕਤਲ ਦੀ ਸੋਗ ਦੇ ਵਿੱਚ ਸਾਰਾ ਹਿੰਦੁਸਤਾਨ ਸਾਰਾ ਭਾਰਤ ਸ਼ਾਮਲ ਹੈ ਤਾਂ ਮੇਰਾ ਨਾਂ ਉਸ ਦੇਸ਼ ਦੇ ਵਿੱਚੋਂ ਕੱਟ ਦਿਓ। ਜੇ ਉਸਦੇ ਕਾਤਲਾਂ ਦੀ ਕੌਮ ਦੇ ਨਾਲ ਇੰਜੀ ਸਿੱਜਣਾ ਸੜਕਾਂ ਦੇ ਉੱਤੇ, ਜੇ ਬਦੋਸ਼ਾਂ ਦੇ ਗਲਾਂ 'ਚ ਟੈਰ ਪਾ ਪਾ ਸਾੜਨਾ ਹੈ ਤਾਂ ਬਣਦੀ ਸਜ਼ਾ ਮੈਨੂੰ ਵੀ ਦਿੱਤੀ ਜਾਵੇ, ਬਖਸ਼ਿਆ ਅਵਤਾਰ ਸਿੰਘ ਵੀ ਨਾ ਜਾਵੇ। ਮੈਂ ਨਹੀਂ ਚਾਹੁੰਦਾ ਕਿ ਮੈਂ ਇਸ ਕਰਕੇ ਬਚਿਆ ਰਹਾਂ ਕਿ ਮੈਂ ਪਾਸ਼ ਤੇ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ, ਜੋ ਵੀ ਨਾ ਇਸ ਗੁੰਡਿਆਂ ਦੀ ਸਲਤਨਤ ਦਾ ਮੈਂ ਇਹਦੇ ਨਾਗਰਿਕ ਹੋਣ ਦੇ ਉੱਤੇ ਥੁੱਕਦਾ। ਮੈਂ ਉਸ ਹੁਕਮਰਾਨ ਔਰਤ ਦੇ ਪਾਇਲਟ ਮੁੰਡੇ ਦੀਆਂ ਮੀਸਣੀਆਂ ਅੱਖਾਂ ਦੇ ਵਿੱਚ ਰਲਕਦਾ ਹੋਇਆ ਭਾਰਤਾਂ। ਜੇ ਉਹਦਾ ਆਪਣਾ ਕੋਈ ਨਿੱਜੀ ਖਾਨਦਾਨੀ ਭਾਰਤ ਤਾਂ ਮੇਰਾ ਨਾਂ ਉਸ ਦੇਸ਼ ਵਿੱਚੋਂ ਕੱਢ ਦਿਓ। ਮੈਂ ਰਲਕਦਾ ਹੋਇਆ ਭਾਰਤਾਂ, ਮੈਨੂੰ ਦਿੱਲੀ ਰਲਕਦੀ ਹੈ, ਮੈਂ ਦਿੱਲੀ ਨੂੰ ਰਲਕਦਾ, ਮੈਂ ਕਈਆਂ ਨੂੰ ਰਲਕਦਾ, ਮੈਂ ਲੇਖਕਾਂ ਨੂੰ ਰਲਕਦਾ, ਮੈਂ ਕਵੀਆਂ ਨੂੰ ਰਲਕਦਾ, ਮੈਂ ਪਿੰਡ ਨੂੰ ਰਲਕਦਾ, ਸਮਾਂ ਹੀ ਰਲਕਦਾ, ਸਮਾਂ ਰਲਕਦਾ, ਦਹਿਸ਼ਤ ਦਾ ਸਮਾਂ। 1984 ਦੇ ਅਖੀਰਲੇ ਦਿਨ ਚੱਲ ਰਹੇ ਨੇ, ਦਹਿਸ਼ਤ ਸਰਕਾਰ 'ਚ, ਦਹਿਸ਼ਤ ਪੁਲਿਸ ਦੇ ਵਿੱਚ, ਦਹਿਸ਼ਤ ਦਹਿਸ਼ਤ ਦੇ ਵਿੱਚ, ਦਹਿਸ਼ਤ ਘਰਾਂ 'ਚ, ਦਹਿਸ਼ਤ ਰਾਹਾਂ 'ਚ, ਦਹਿਸ਼ਤ ਸਾਹਾਂ 'ਚ, ਦਹਿਸ਼ਤ ਨਿਆਣਿਆਂ 'ਚ, ਦਹਿਸ਼ਤ ਸਿਆਣਿਆਂ 'ਚ, ਦਹਿਸ਼ਤ ਚੁੱਲ੍ਹਿਆਂ 'ਚ, ਦਹਿਸ਼ਤ ਬਿਸਤਰਾਂ 'ਚ, ਦਹਿਸ਼ਤ ਦਹਿਸ਼ਤ ਦੀ ਦਹਿਸ਼ਤ। AK-47 ਬੰਦੇ ਮਾਰ ਮੁਹਿੰਮ ਤੇ ਮੈਂ NT-47 47 ਦੇ ਖਿਲਾਫ ਹਾਂ ਮੈਂ ਤੇ ਬਸ ਇਸ ਖਿਲਾਫਤ ਕਰਕੇ ਇਸ ਦਹਿਸ਼ਤ ਦੇ ਮਾਹੌਲ ਦੇ ਵਿੱਚ ਮੇਰੇ ਨੇੜੇ ਦੇ ਨਕੋਦਰ ਦੇ ਕੁਛ ਵਿਦਿਆਰਥੀ ਮੈਨੂੰ ਚੌਕਸ ਕਰਨ ਆਏ ਸੀ, ਕਹਿੰਦੇ ਭਾਅ ਬਚ ਕੇ ਰਿਹਾ ਕਰ, ਨਕੋਦਰ ਇਲਾਕੇ ਦੇ ਕੁਛ ਬੰਦੇ ਸੋਧ ਦੇਣ ਦੀ ਯੋਜਨਾ ਬਣਾਈ ਗਈ ਹੈ, ਧਰਮ ਗੁਰੂ ਦੀ ਫੌਜ ਦੀ ਹਿੱਟ ਲਿਸਟ ਦੇ ਵਿੱਚ, ਕਹਿੰਦੇ ਸੋਧਾ ਲਾ ਦੇਣਾ ਅਵਤਾਰ ਸਿੰਘ ਦਾ। ਇਹ ਸੋਧਾ ਲਾਉਣ ਵਾਲਿਆਂ ਦਾ ਲੀਡਰ ਸਰਬ ਕਲਾ ਸਮਰੱਥ ਹੈ, ਉਹਦੀ ਇੱਕ ਮਾੜੀ ਜਿਹੀ ਤਿਉੜੀ ਵੀ ਚੰਗੇ ਭੋਲੇ ਪਰਿਵਾਰਾਂ ਨੂੰ ਇੱਜੜ ਬਣਾ ਦਿੰਦੀ ਹੈ, ਉਹਦਾ ਬਰੂਦ ਰਾਤਾਂ ਨੂੰ ਰੌਣਕਾਂ ਵੰਡਦਾ ਹੈ, ਉਹਦੇ ਬਰੂਦ ਦੇ ਵਿੱਚ ਰੱਬੀ ਮਹਿਕ ਹੈ, ਪਰ ਜਿੰਨੇ ਯੁੱਗਾਂ ਤੇ ਜੋ ਵੀ ਹੈ ਮੇਰਾ ਤੇਰੇ ਰੱਬ ਤੋਂ ਬਣੇ ਸੀ, ਉਸ ਆਰਾਧਨਾ ਤੋਂ ਬਿਨਾਂ ਜੋ ਚੰਗੇ ਭਲੇ ਮਨੁੱਖ ਨੂੰ ਬਦਲਦੇ ਚਰਨਾਂ ਦੀ ਧੂੜ ਵਿੱਚ, ਉਸ ਸ਼ੁਕਰਾਨੇ ਤੋਂ ਬਿਨਾਂ ਜਿਸ ਦੀ ਕੋਈ ਵੀ ਵਜ੍ਹਾ ਨਹੀਂ ਹੁੰਦੀ, ਉਸ ਔਰਤ ਤੋਂ ਬਿਨਾਂ ਜੋ ਸਦਾ ਹੀ ਨਿਉਟਿਆਂ ਰੱਖਦੀ ਹੈ, ਮੈਨੂੰ ਪਤਾ ਲੱਗਿਆ ਵੀ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ 'ਚ ਮੇਰੇ ਜੰਮਣ ਤੋਂ ਬਹੁਤ ਪਹਿਲਾਂ ਬਣ ਚੁੱਕਿਆ। ਨਹੀਂ, ਹੁਣ ਮੈਂ ਇਹ ਤੱਕਣ ਲਈ ਨਹੀਂ ਜਾਉਂਦਾ ਕਿ ਤੁਸੀਂ ਮੈਨੂੰ ਕਿੰਜ ਮਾਰੋਗੇ। ਜਿਹੜੇ ਮੌਤ ਦੇ ਕੰਢੇ ਤੇ ਜਿਉਂਦੇ ਨੇ ਉਹਨਾਂ ਦੀ ਮੌਤ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਤੋੜ ਦਿੱਤੇ ਜਾਣਗੇ ਹੁਣ ਹੌਸਲੇ ਤੂਫਾਨ ਦੇ, ਦੀਵਿਆਂ ਨੂੰ ਸਿਰਕ ਦਾ ਪੈਗਾਮ ਦੇਣਾ ਪਏਗਾ। ਤੋੜ ਦਿੱਤੇ ਜਾਣਗੇ ਹੁਣ ਹੌਸਲੇ ਤੂਫਾਨ ਦੇ, ਸੁਣਦੀਆਂ, ਤੋੜ ਦਿੱਤੇ ਜਾਣਗੇ ਹੁਣ ਹੌਸਲੇ ਤੂਫਾਨ ਦੇ, ਦੀਵਿਆਂ ਨੂੰ ਸਿਰਕ ਦਾ ਪੈਗਾਮ ਦੇਣਾ ਪਏਗਾ। ਆਏਗੀ ਜਾਗਰੀ ਜੇ ਤੂੰ ਖੁਰਿਆ ਖੁਰਿਆ ਤੇ ਭੁਰਿਆ ਭੁਰਿਆ ਮਹਿਸੂਸ ਕਰਦੀ ਹੈ, ਇੱਥੇ ਬੱਚੇ ਹੀ ਕਿਹੜਾ, ਪਰਦੇ ਹੀ ਹੁੰਦੇ ਆ। ਵੈਸੇ ਸੁਣਿਆ ਤੇਰੀ ਵੀ ਅੱਖ ਸੁਰਮਾ ਨਹੀਂ ਝੱਕਦੀ, ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਤੜਪਦੀ,
ਤੇ ਸੁਣਿਆ ਮੇਰਾ ਵੀ ਕਤਲ ਇਤਿਹਾਸ ਤੇ ਆਉਂਦੀ ਸਫ਼ੇ ਤੇ ਲਿਖਿਆ। ਹੁਣ ਸ਼ਾਇਦ ਪਹਿਲਾਂ ਵਰਗਾ ਕੁਝ ਨਾ ਹੋ ਸਕਦਾ ਹੈ। ਤੈਨੂੰ ਕੱਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਰ ਲੈ, ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਥੱਲੇ ਜਾਗਦਾ ਹੀ ਵੜ ਦਿੱਤਾ ਜਾਵਾਂ। ਹੋ ਸਕਦਾ ਹੁਣ ਪਹਿਲਾਂ ਵਰਗਾ ਕੁਝ। ਸਮੇਂ ਦਾ ਗੇੜ ਹੁੰਦਾ ਹੈ, ਸਮੇਂ ਦਾ ਗੇੜ ਹੁੰਦਾ ਹੈ। ਐਤਕੀ ਤੂੰ ਬੇਵਫਾ ਨਹੀਂ ਬਣਨਾ ਤੇ ਮੈਂ ਭਰਾਵਾਂ ਦੇ ਹੁੰਦੇ ਸੁਣਦੇ ਉਹਨਾਂ ਦੇ ਸਾਹਮਣੇ ਮਾਰਿਆ ਜਾਣਾ। ਸਮੇਂ ਦਾ ਗੇੜ ਹੁੰਦਾ ਹੈ ਤੇ ਹੁਣ ਸਮਾਂ ਸੰਕਟ ਦਾ ਹੈ, ਸਮਾਂ ਸੰਕਟ ਦਾ ਹੈ। ਸੰਕਟ ਦੇ ਪਲ, ਇਹ ਸੰਕਟ ਦੇ ਪਲ ਬੂਹੇ ਦੇ ਤੇਲ ਚੋਂ, ਇਹ ਸੰਕਟ ਦੇ ਪਲ ਇੱਥੇ ਖੁਸ਼ਕ ਧੂੜ ਉੱਡਦੀ ਹੈ ਵੀਰਾਨ ਰਾਹਾਂ ਤੇ। ਪਰ ਮੈਨੂੰ ਮਹਿਸੂਸ ਕਰਨ ਦੇ ਤੇਰੇ ਪਿੰਡੇ ਤੇ ਹੋ ਰਹੀ ਇਤਿਹਾਸ ਦੀ ਪੀੜ, ਇਹ ਸੰਕਟ ਦੇ ਪਲ ਬੂਹੇ ਦੇ ਤੇਲ ਚੋਂ ਮੈਂ ਤੇਰੀ ਚੁੱਪ ਨੂੰ ਸੁਣਨ ਆਇਆ। ਚੁੱਪ, ਅਸੀਂ ਸਦਾ ਹੀ ਚੁੱਪ ਦੀ ਸੁਣੀਏ। ਅੱਜ ਨਾ ਭਗੌੜਾ ਹੋਣ ਦੇਣਾ ਦਿਲ ਚੰਦਰੇ, ਤੋੜ ਦੇਣਾ ਚਾਬੀਆਂ ਗੁਆਚੇ ਹੋਏ ਜੰਦਰੇ ਨੂੰ। ਸੁਣੀ ਅਸੀਂ ਚੁੱਪ ਦੀ ਸਦਾ, ਦਿਲ ਮੇਰਾ ਕਿੱਧਰ ਗਿਆ। ਅੱਜ ਨਾ ਭਗੌੜਾ ਹੋਣ ਦੇਣਾ ਦਿਲ ਚੰਦਰੇ ਨੂੰ, ਤੋੜ ਦੇਣਾ ਚਾਬੀਆਂ ਗੁਆਚੇ ਹੋਏ ਜੰਦਰੇ ਨੂੰ। ਸੁਣੀ ਅਸੀਂ ਚੁੱਪ ਦੀ ਸਦਾ, ਦਿਲ ਮੇਰਾ ਕਿੱਧਰ ਗਿਆ। ਦਿਲ ਹੁਣ ਕਿਤੇ ਨਹੀਂ ਗਿਆ, ਟਿਕਾਣੇ ਤੇ ਆ ਗਿਆ ਦਿਲ। ਗੱਲ ਸਮਝ ਆ ਗਈ ਹੈ, ਗੱਲ ਸਮਝ ਆ ਗਈ ਹੈ। ਮੈਂ ਕੋਈ ਪਛਤਾਵਾ ਲੈ ਕੇ ਨਹੀਂ ਮਰਾਂਗਾ, ਬਲਕਿ ਪੂਰੇ ਹੋਸ਼ੋ ਹਵਾਸ ਨਾਲ ਤੇ ਰੱਬ ਵਰਗੀ ਗੱਪ ਉੱਤੇ ਅਵਿਸ਼ਵਾਸ ਨਾਲ ਮਰਾਂਗਾ। ਮੈਂ ਮਰਾਂਗਾ ਤਾਂ ਉਹਦੇ ਧਰਮ ਦੀ ਕੱਟੜਤਾ ਨੂੰ ਆਪਣੇ ਇਸ਼ਕ ਚੋਂ ਮਨਫੀ ਕਰਕੇ ਵਗਾ ਦੇ ਕੇ ਮਰਾਂਗਾ। ਮਰਾਂਗਾ ਤਾਂ ਹੱਥ ਜੋੜ ਕੇ ਨਹੀਂ, ਹੱਥ ਚਲਾ ਕੇ ਮਰਾਂਗਾ, ਹੱਥ ਚਲਾ ਕੇ ਮਰਾਂਗਾ। ਮੈਥੋਂ ਕੋਈ ਖੋ ਨਹੀਂ ਸਕਦਾ ਇਹਨਾਂ ਹੱਥਾਂ ਦਾ ਸਿਲਸਿਲਾ। ਹੱਥ ਜੇਬਾਂ 'ਚ ਹੋਣ ਜਾਂ ਬਾਹਰ, ਹੱਥ ਕੜੀ 'ਚ ਹੋਣ ਜਾਂ ਬੰਦੂਕ ਦੇ ਕੁੰਡੇ 'ਤੇ, ਹੱਥ ਹੱਥ ਹੁੰਦੇ ਨੇ। ਹੱਥ ਜੇ ਹੋਣ ਤਾਂ ਜੋੜਨ ਲਈ ਵੀ ਹੁੰਦੇ, ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਨੇ। ਹੱਥ ਜੇ ਹੋਣ ਤਾਂ ਹੀਰ ਦੇ ਹੱਥੋਂ ਚੂਰੀ ਖਾਣ ਲਈ ਨਹੀਂ ਹੁੰਦੇ, ਇਹ ਸੈਦੇ ਦੀ ਜਨੇਰ ਡੱਕਣ ਲਈ ਵੀ ਹੁੰਦੇ ਨੇ ਤੇ ਕੈਦੋ ਦੀਆਂ ਵੱਖੀਆਂ ਭੰਨਣ ਲਈ ਵੀ। ਹੱਥ ਜੇ ਹੋਣ ਤਾਂ ਸਿਰਫ ਕਿਰਤ ਕਰਨ ਵਾਸਤੇ ਹੀ ਨਹੀਂ ਹੁੰਦੇ, ਹੱਥ ਜੇ ਹੋਣ ਤਾਂ ਤੈਨੂੰ ਸਲਾਮਾ ਕਰਨ ਵਾਸਤੇ ਨਹੀਂ ਹੁੰਦੇ, ਸਿਰਫ ਤੈਨੂੰ ਸਲਾਮਾ ਕਰਨ ਵਾਸਤੇ ਨਹੀਂ ਹੁੰਦੇ ਹੱਥ, ਹੱਥ ਚਲਾਉਣੇ ਪੈਂਦੇ ਨੇ, ਚਲਾਉਣੇ ਪੈਂਦੇ ਨੇ ਹੱਥ। ਵੈਸੇ ਤੇਰਾ ਬੂਹਾ ਹੀ ਹੈ, ਤੇਰਾ ਬੂਹਾ ਹੀ ਹੈ ਜਿਸ ਥਾਂ ਝੁੱਕ ਜਾਂਦਾ ਸਿਰ ਮੇਰਾ। ਮੈਂ ਬੂਹੇ ਜੇਲ੍ਹ ਦੇ ਤੇ 7 ਵਾਰੀ ਥੁੱਕ ਕੇ ਲੰਘਦਾ, ਮੇਰੇ ਪਿੰਡ ਵਿੱਚ ਹੀ ਸੱਤ ਹੈ ਕਿ ਮੈਂ ਬਿਸ਼ ਬਿਸ਼ ਕੇ ਜੀਨਾ, ਮੈਂ ਅੱਗੇ ਹਾਕਮਾਂ ਦੇ ਸ਼ੇਰ ਵਾਂਗੂ ਭੁੱਕ ਕੇ ਲੰਘਦਾ। ਚੜ੍ਹਦੀ ਅਕਲਾ ਵਿੱਚ ਹੁੰਦਾ ਤੇ ਕਦੇ ਕਦੇ ਬਿਲਕੁਲ ਥੱਲੇ ਲੱਗਿਆ ਮਹਿਸੂਸ ਕਰਦਾ। ਉਦਾਸ ਬਾਜਰਾ ਸਿਰ ਸੁੱਟੀ ਖੜਾ, ਤਾਰੇ ਵੀ ਗੱਲ ਨਹੀਂ ਕਰਦੇ,
ਰਾਤ ਨੂੰ ਕੀ ਹੋ ਗਿਆ? ਐ ਰਾਤ, ਤੂੰ ਮੇਰੀ ਦੇਣਦਾਰ ਨਹੀਂ, ਮੈਂ ਤੇਰਾ ਦੇਣਦਾਰ ਹਾਂ। ਤੂੰ ਮੈਨੂੰ ਵਧਾਈ ਦੇ। ਖੇਤਾਂ ਨੂੰ ਸਭ ਪਤਾ ਹੈ, ਸਭ ਪਤਾ ਹੈ ਖੇਤਾਂ ਨੂੰ, ਮਨੁੱਖ ਦਾ ਲਹੂ ਕਿੱਥੇ ਡੁੱਲਦਾ ਹੈ ਤੇ ਲਹੂ ਦਾ ਮੁੱਲ ਕੀ। ਐਵੇਂ ਉਦਾਸ ਨਾ ਹੋ ਮੇਰੀ, ਐਵੇਂ ਹੀ ਚੰਗਲਾਂ ਦੀ ਫੌਜ ਭੱਜੀ ਫਿਰਦੀ ਹੈ। ਆਖੇ ਨੇਜਿਆਂ ਨਾਲ ਇਸ਼ਕ ਦਾ ਖੁਰਾ ਠੱਪਣਾ ਹੈ, ਆਖੇ ਵੇਲਿਆਂ ਨੂੰ ਟਾਪਾਂ ਦੀ ਮੁਹਾਰ ਨਹੀਂ ਪੜ੍ਹਾਉਣੀ ਹੈ। ਗੱਲ ਤਾਂ ਬੀਆਬਾਨ ਨੂੰ ਸੁਪਨਿਆਂ ਦਾ ਵਰ ਦੇਣ ਦੀ ਹੈ, ਜਾਂ ਸਦੀਆਂ ਤੋਂ ਉਦਾਸ ਖੜੇ ਜੰਡਾਂ ਨੂੰ ਧੜਕਣ ਦੀ ਚਾਟ ਲਾਉਣ ਦੀ। ਕੁਝ ਮਿੱਤਰਾਂ ਨੂੰ ਕਿਹੜਾ ਤਰਕਸ਼ ਨੂੰ ਲਾਉਣਾ ਨਹੀਂ ਆਉਂਦਾ, ਬੱਕੀ ਨੂੰ ਕਿਹੜਾ ਹਵਾ ਤੇ ਹੱਸਣਾ ਨਹੀਂ ਆਉਂਦਾ। ਗੱਲ ਤਾਂ ਸਿਸਦਿਆਂ ਦੀ ਸੜਕ ਤੇ ਚੱਲਣ ਦੀ ਹੈ, ਉਂਝ ਮਿੱਤਰਾਂ ਨੂੰ ਕਿਹੜਾ ਲਾਵਾਂ ਤੇ ਬਹਿਣਾ ਨਹੀਂ ਆਉਂਦਾ। ਗੱਲ ਤਾਂ ਚੌਧਰੀਆਂ ਦੇ ਸ਼ਮਲੇ ਤੇ ਪਰਿੰਦਿਆਂ ਵਾਂਗ ਚਹਿਕਣ ਦੀ ਹੈ। ਗੱਲ ਤਾਂ ਇਹ ਵੀ ਕੀ ਨਖਿੱਧ ਹੈ, ਕਿਹੜੀ ਚੀਜ਼ ਕਿੰਨੀ ਤੇ ਕਿੱਥੋਂ ਤੱਕ ਰਵਾਇਤੀ ਜਾਪਦੀ ਹੈ। ਮੈਨੂੰ ਤਾਂ ਸਾਰਾ ਕੁਝ ਰਵਾਇਤੀ ਜਾਪਦਾ ਹੈ। ਗੱਲ ਤਾਂ ਇਹ ਹੈ ਕਿ ਮੇਰੇ ਜੀਣ ਦਾ ਨਿੱਕ ਹੁਣ ਗਵਾ ਚੁੱਕਿਆ। ਰਾਤ ਨਾਲ ਗੱਲਾਂ ਹੋਈ ਨਹੀਂ ਹੁੰਦੀ, ਮੇਰੇ ਜੀਵਨ ਦਾ ਨਿੱਕ ਗਵਾ ਚੁੱਕਿਆ। ਤੇਨੇ 15 ਕੁ ਬੰਦੇ ਮੇਰੇ ਨਾਲ ਹਮੇਸ਼ਾ ਨਾਲ ਰਹਿੰਦੇ ਨੇ, ਪਰ ਜੇ ਧਾੜ ਲੈਸ ਹੋ ਕੇ ਆ ਗਈ ਤਾਂ ਬੰਦੇ ਵੀ ਕੀ ਕਰ ਲੈਣਗੇ। ਪਰ ਜੇ ਕਿਤੇ ਇੱਧਰ ਉੱਧਰ ਹੋ ਜਾਵਾਂ ਤਾਂ ਇਹ ਵੀ ਇੱਕ ਤਰ੍ਹਾਂ ਬੀਤੀ ਪੁਣਾ। ਮੈਂ ਬਾਹਰ ਘੁੰਮਣ ਜਾਣਾ ਚਾਹੁੰਦਾ ਪਰ ਜਾ ਨਹੀਂ ਸਕਦਾ। ਖੌਰੇ ਇਸ ਖਿੱਜ ਨੂੰ ਕਦੋਂ ਤੋੜ ਕੇ ਸੱਟ ਦੂੰਗਾ। ਯਾਰ, ਬੰਦੇ ਦਾ ਵੀ ਕੋਈ ਜੀਣ, ਆਪਣੀ ਉਮਰ ਕਾਂ ਜਾਂ ਸੱਪ ਨੂੰ ਬਖਸ਼ਿਸ਼ ਦੇ ਦਿਓ। ਕਾਮਰੇਡ, ਮੈਂ ਹੁਣੇ ਕਹਿ ਕੇ ਹਟਿਆ ਕਿ ਬੰਦੇ ਦਾ ਵੀ ਕੋਈ ਜੀਣ ਹੈ, ਆਪਣੀ ਉਮਰ ਕਾਂ ਜਾਂ ਸੱਪ ਨੂੰ ਬਖਸ਼ਿਸ਼ ਦੇ ਦਿਓ। ਸੋਚੀ ਕਾਮਰੇਡ, ਇਹ ਮੈਂ ਕਿਉਂ ਕਿਹਾ? ਜੈਮਲ ਪੱਡਾ ਆਪਣਾ ਸਾਥੀ ਕਤਲ ਕਰ ਦਿੱਤਾ ਗਿਆ ਤੇ ਹੁਣ ਵਾਰੀ ਮੇਰੀ ਹੈ। ਕਾਮਰੇਡ, ਤੇਰੇ ਅੰਦਰ ਜਾਮ ਹੋਏ ਅੰਬਰ ਨੂੰ ਸਲਾਮ। ਮੱਧ ਵਰਗ ਅੱਜ ਭਗੌੜਾ ਹੈ ਕਾਮਰੇਡ, ਵਕਤ ਫੜਨ ਦਾ ਐਲਾਨ ਤੈਨੂੰ ਕਿਵੇਂ ਲੱਗਦਾ ਹੈ ਕਾਮਰੇਡ? ਕਾਮਰੇਡ, ਤੈਨੂੰ ਪਤਾ ਨਹੀਂ ਤੂੰ ਸ਼ਬਦਾਂ ਨੂੰ ਕੀ ਕਰ ਦਿੱਤਾ ਹੈ। ਤੂੰ ਸਿਰਫ ਆਪਣੀ ਸਹੂਲੀਅਤ ਮੁਤਾਬਕ ਸ਼ਬਦਾਂ ਨੂੰ ਛਾਂਗਣਾ ਸਿੱਖ ਲਿਆ। ਕਾਮਰੇਡ, ਤੂੰ ਹਾਰ ਗਿਆ ਨੂੰ ਨਫ਼ਰਤ ਕਰਨੀ ਸਿੱਖੀ ਹੈ। ਤੂੰ ਉਹਨਾਂ ਨੂੰ ਜਾਣਦਾ ਹੀ ਨਹੀਂ ਜੋ ਸਿਰਫ ਜਿੱਤ ਨਹੀਂ ਸਕੇ। ਕਾਮਰੇਡ, ਮੇਰੇ ਫਿਕਰ ਤੇਰੇ ਨਾਲ ਬਦਲ ਗਏ। ਸੱਜਣੋ, ਮੇਰੇ ਲੰਘ ਜਾਣ ਪਿੱਛੋਂ ਮੇਰੇ ਫਿਕਰ ਦੀ ਬਾਂਹ ਫੜੀ ਰੱਖਣੀ। ਮੈਂ ਤਾਰਿਆਂ ਦਾ ਸਾਹਮਣਾ ਕਰਨਾ ਜਿਵੇਂ ਹਾਰ ਨਵਾਜ ਕੋਈ ਅਣਖੀ ਵੈਰੀ ਦੀਆਂ ਅੱਖਾਂ ਦੇ ਵਿੱਚ ਤੱਕਦਾ ਹੈ। ਮੈਂ ਨਿੱਕੀ ਨਿੱਕੀ ਲੋਚ ਕਿਰ ਗਈ ਗਾਨੀ ਵਾਂਗ ਟੋ ਟੋ ਕੇ ਆਪਣਾ ਆਪ ਲੱਭਣਾ। ਮੇਰੇ ਮਰਨੇ ਤੇ ਸਿਦਕ ਦੀ ਗੱਲ ਮਰਦੀ ਨਹੀਂ, ਜਾਨ ਦਾ ਖੋ ਨਹੀਂ, ਪਰਖਣ ਦੀ ਸਿਰਦਰਦੀ ਨਹੀਂ। ਜਾਨ ਦਾ ਖੋ ਨਹੀਂ, ਪਰਖਣ ਦੀ ਸਿਰਦਰਦੀ ਨਹੀਂ। ਮਾਫ ਕਰਨਾ ਮੇਰੇ ਪਿੰਡ ਦੇ ਮੁੰਡਿਓ, ਕਵਿਤਾ ਲਿਖਣ ਵਾਲਾ ਇਹ ਪੜਾਕੂ ਮੁੰਡਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ। ਜੇਲ੍ਹ ਜਾਣਾ, ਪੁਲਿਸ ਕੋਲੋਂ ਖਾਧੇ ਟੰਬਿਆਂ ਦਾ ਜ਼ਿਕਰ ਕਰਨਾ, ਤੁਹਾਡੀ ਸੜ ਰਹੀ ਦੁਨੀਆਂ ਲਈ ਕਿਸੇ ਸੁੱਕ ਰਹੇ ਛੱਪੜ ਦੇ ਪਾਕ। ਮਾਫ ਕਰਨਾ, ਮੈਂ ਜੋ ਕਦੇ ਕਹਿੰਦਾ ਹੁੰਦਾ ਸੀ ਮੈਂ ਜ਼ਿੰਦਾਬਾਦ, ਹਾਂ ਮੈਂ ਅੱਜ ਕਹਿੰਦਾ ਮੈਂ ਮੁਰਦਾਬਾਦ, ਮੈਂ ਮੁਰਦਾਬਾਦ।
माफ करना मेरे पेंट, माफ करना मेरे पेंट। मैं शमशाना च जाके अपने बाबे दे बाबे नाल गुप्त मीटिंगा करूंगा ते तेनू खान खान आउंदियां रातां दा हिसाब लेके दियांगा। मेरे पेंट जिन्हां ने तीन सदियां अपने खेतां दा गर्भपात कीता उन्हां दी लुट दा प्रमाण है कि अपने अपने नूं मारन ते तुले होए ने। मैं हालात नाल समझौता करके साक्षी चणे नहीं चाहुंदा। मैं जो सिर्फ बंदा बनना चाहुंदा सी की बना दिता गया। तू ता सूरम गति दी बढ़ के मेरे पिंड। तेनू तो पता है दो ते दो जे चार ना होण ता छिल तराश की करने पैंदे ने ना। हुण मैनू ते मेरे पिंड नूं हिंसा वादी ना कहण बैठ। हिंसा युद्ध शांति शांति मंगण दा अर्थ युद्ध नूं जलीलता दी पद्धर ते लड़ना है। शांति दी फैलियां बाहां साडे युग दा सब तों कमीना चुटक लै। शांति किते नहीं हुंदी। शांति दुखां ते सुखां च बणी सरहद उत्ते संतरी दी राइफल है। शांति चगले हुए विद्वाना दे मूहां चो टिकदी राल है। शांति पुरस्कार लैंदे कवियां दियां वधियां होईयां बाहां दा टुंड है। शांति वजीरां दे पहने हुए खद्दर दी चमक है। शांति सत्था चलाउंदियां दाड़ियां दा हौक है। शांति गांधी दा जागी है। और शांति किते नहीं हुंदे। हिंसा युद्ध शांति खतरनाक। पुलिस की कुट सब तो खतरनाक नहीं हुंदी। गदारी लोग दी मुठ सब तो खतरनाक नहीं हुंदी। किरत दी लुट सब तो खतरनाक नहीं हुंदी। सब तो खतरनाक वो कड़ी हुंदी है जो तुहाडे गुट ते चलती हुई भी तुहाडी नजर लई खड़ी हुंदी। सब तो खतरनाक हुंदा है घरां तो निकलना काम ते ते काम तो घर जाना। सब तो खतरनाक हुंदा है मुर्दा शांति नाल भर जाना। सब तो खतरनाक वो दिशा हुंदी है जिहदे विच आत्मा दा सूरज डुब जावे। सब तो खतरनाक वो चन हुंदा है जो हर कतल कांड बात सुन होए बेड़िया चढ़दा है पर तुहाडियां अखां नूं मिर्चां वांग नहीं लड़दा। सब तो खतरनाक हुंदा है साडे सुपनियां दा मर जाना। मैं खेतां दा कुत्ता। मैं मरांगा नहीं मैं कहां। मैं मरांगा नहीं ओए। मैं तुहाडे हर कीते किराए ते उगावांगा। हर चीज नूं ढक लवांगा हर ढेर ते उगावांगा। मैं कहां मैं अपना काम करांगा। पर तुसीं मैनूं मार सकदे हो मेरे विचारां नूं नहीं। तुसीं मेरी कलम नूं तोड़ सकदे हो मेरे शब्दां नूं नहीं। मेरी कविता ढेर चिर तक जिंदा रहू क्योंकि समुची जिंदगी नाल इश्क दी कविता है। थोड़ी गोली दा कद किते निक्का है किते निक्का मेरी कलम तो किते निक्का। जे मेरे विचार नहीं मरने जे मेरी कविता नहीं मरनी जे उन्हां दी गोली दा कद मेरी कलम तो निक्का है फिर डरना का हो गया फैसला हो गया फैसला। फैसले का दिन भी बहुत वधिया 23 मार्च भगत सिंह का शहीद दिवस। अज 23 मार्च 1988 है। मैं अपने घर च कैद नहीं कट्टांगा। मैं कोई तोता नहीं भी पिंजरे च प्यारा। मैं अपने खूह ते जाऊंगा। मैं खूह ते जाऊंगा। मैं पीऊंगा खाऊंगा। मैं गीत गाऊंगा पिंड नूं मिलूंगा ललकारे मारूंगा। मैं अपनियां चुम्मियां दे नाल मौसम दीआं गल्लां ते चटाक पाऊंगा ना। जिन्नी देर जाऊंगा
खुल के जाऊंगा। हो गया फैसला। वैसे वैसे मैं हां की, ये धमकियां, ये मरना, ये डर, मैं हां की। आहा इनक सीमत जा यार, पता नहीं मैनू क्यों लगी जाता है कि जिते मैं मर गया जा मैनू मारता उते मैं फिर इतने सीमत जा नहीं रहना, फिर तो मैं खिलर जाना। पाश होनी हुण बाहर जाणगे, पिंड नूं मिलणगे, घुम्मणगे। ओ भई जदों पैर कट दित्ते जांदे ने ना तां जाउण वाले बंदे सिर दे भार सफर करदे ने, सिर दे भार। यार जिंदगी सब नूं मिलदी है पर इस जिंदगी दे विच बंदे ने आपो अपने रंग भरने हुंदे ने, ते असी रंग भरे ने अपने। साडे हिस्से लाल रंग आया असी लाल भर लिया, तुहाडे हिस्से जिहड़ा रंग आया तुसी भर लेना। सोने दी सवेरी जदों आउहानिया नचूगा अंबर भूमि गाऊ हानिया, सोने दी सवेरी खेतां दे पुत नूं खेता जी। तुहानूं कौन बख्शेगा अर्थां दा जान बुझ के अपमान करन वाले हो। मैं हुण विदा होना मेरी दोस्त, मैं एक कविता लिखनी चाही सी, उस कविता च तेरे लिए मेरे लिए जिंदगी दे सारे साका लिए बहुत कुछ कहा, पर बड़ा ही बेसवाद है जिंदगी दे उलझे हुए नक्शा दे नाल निपटना। मैनू जीण दी बहुत लोचा सी, मैं गले तीकर जिंदगी च टुपना चाहुंदा सां, मेरे भी हिस्से दा जी लेना, मेरे भी हिस्से दा जी। बहुते चारदा तेरा सरवण वीर, बहुते आने चार लिया भैने, उस हुण तैनू मिलण नहीं आउणा, उस हुण तैनू मिलण नहीं आउणा, उस हुण तैनू मिलण नहीं आउणा।